ਸਤਿ ਸ਼੍ਰੀ ਅਕਾਲ ਜੀ, ਸਵਾਗਤ ਹੈ ਤੁਹਾਡਾ ਸਾਰਿਆਂ ਦਾ ਅਤੇ ਮੈਂ ਹਾਂ ਪ੍ਰੀਤ। ਇੱਕ ਵਾਰ ਫਿਰ ਤੋਂ ਉਹਨਾਂ ਸਟੂਡੈਂਟਸ ਦੀ ਗੱਲ ਕੀਤੀ ਜਾਵੇਗੀ ਜਿਹੜੇ ਐਬਰੋਡ ਜਾਣਾ ਚਾਹੁੰਦੇ ਨੇ। ਸੋ ਜੀ, ਮੌਕਾ ਮਿਲਦਾ ਤੁਹਾਨੂੰ ਓਵਰਸੀਜ਼ ਜਾ ਕੇ ਸਟੱਡੀ ਕਰਨ ਦਾ, ਆਪਣਾ ਫਿਊਚਰ ਜਿਹੜਾ ਉਸ ਨੂੰ ਸੈੱਟ ਕਰਨ ਦਾ। ਸੋ ਇਸ ਮੌਕੇ ਨੂੰ, ਇਹ ਜਿਹੜੀਆਂ ਓਪਰਚੁਨਿਟੀਜ਼ ਤੁਹਾਨੂੰ ਮਿਲ ਰਹੀਆਂ ਨੇ, ਇਸ ਨੂੰ ਗ੍ਰੈਬ ਕਰਿਆ ਕਰੋ। ਥੋੜ੍ਹੀ ਬਹੁਤ ਮਿਹਨਤ ਕਰਨੀ ਪਏਗੀ। ਸੋ ਇਸ ਮਿਹਨਤ ਨੂੰ ਕਰਕੇ ਜੇਕਰ ਤੁਹਾਡਾ ਪੂਰਾ ਆਉਣ ਵਾਲਾ ਫਿਊਚਰ ਜਿਹੜਾ ਉਹ ਸੈੱਟ ਹੋ ਸਕਦਾ ਹੈ, ਤਾਂ ਬਹੁਤ ਵਧੀਆ ਗੱਲ ਹੈ। ਅਤੇ ਮਿਹਨਤ ਜਿੱਥੇ ਅਸੀਂ ਆਪਣੇ ਫਿਊਚਰ ਨੂੰ ਲੈ ਕੇ, ਸਟੱਡੀ ਨੂੰ ਲੈ ਕੇ, ਆਇਸ ਨੂੰ ਲੈ ਕੇ ਕਰਨੀ ਹੈ, ਉੱਥੇ ਹੀ ਮਿਹਨਤ ਜਿਹੜਾ ਸਾਡੇ ਕੰਸਲਟੈਂਟ ਨੂੰ ਚੂਜ਼ ਕਰਨ ਦੇ ਵਿੱਚ ਵੀ ਕਰਨੀ ਹੈਗੀ ਆ, ਕਿ ਅਸੀਂ ਕਿਤੇ ਗਲਤ ਤਰੀਕੇ ਦੇ ਨਾਲ ਬਾਹਰ ਨਹੀਂ ਜਾਣਾ ਹੈਗਾ। ਬਾਹਰ ਜਾਣਾ ਅੱਜ ਕੱਲ੍ਹ ਵਧੀਆ ਤਰੀਕੇ ਦੇ ਨਾਲ, ਲੀਗਲ ਤਰੀਕੇ ਦੇ ਨਾਲ ਤੁਸੀਂ ਪਹੁੰਚ ਸਕਦੇ ਹੈਗੇ ਹੋ। ਸੋ ਲੀਗਲ ਤਰੀਕੇ ਦੇ ਨਾਲ ਹੀ ਅਪਲਾਈ ਕਰਿਆ ਕਰੋ। ਸੋ ਅੱਜ ਅਸੀਂ ਸਪੈਸ਼ਲੀ ਜੀ ਇਨਵਾਈਟ ਕੀਤਾ ਹੈਗਾ ਐਜੂਕੇਸ਼ਨ ਅਬਰੋਡ ਤੋਂ ਮਿਸਟਰ ਜਤਿੰਦਰ ਸਿੰਘ ਜੀ ਨੂੰ, ਜੋ ਕਿ ਹਮੇਸ਼ਾ ਹੀ ਸਾਡੇ ਸ਼ੋਅ ਦੇ ਵਿੱਚ ਟਾਈਮ ਟੂ ਟਾਈਮ ਆਉਂਦੇ ਨੇ। ਗੱਲਬਾਤ ਉਹਨਾਂ ਦੇ ਨਾਲ ਹੁੰਦੀ ਹੈ, ਜੋ ਵੀ ਸਟੂਡੈਂਟ ਦੀਆਂ ਇਨਕੁਆਇਰੀਜ਼ ਆਉਂਦੀਆਂ ਨੇ, ਹਮੇਸ਼ਾ ਉਹ ਸਵਾਲ ਪੁੱਛੇ ਜਾਂਦੇ ਨੇ, ਅਤੇ ਹਮੇਸ਼ਾ ਸਹੀ ਇਨਫੋਰਮੇਸ਼ਨ, ਜਿੱਥੇ ਕਿਤੇ ਜਿਹੜਾ ਪ੍ਰੋਸੀਜਰ ਨੂੰ ਲੈ ਕੇ ਇਨਫੋਰਮੇਸ਼ਨ ਹੁੰਦੀ ਹੈ, ਨਾਲ ਦੀ ਨਾਲ ਗਾਈਡੈਂਸ ਵੀ ਸਟੂਡੈਂਟ ਨੂੰ ਦਿੱਤੀ ਜਾਂਦੀ ਹੈ। ਸੋ ਅੱਜ ਇੱਕ ਵਾਰ ਫਿਰ ਤੋਂ ਗੱਲ ਹੋਏਗੀ ਜੀ ਯੂਕੇ ਦਾ, ਆਸਟ੍ਰੇਲੀਆ ਨੂੰ ਲੈ ਕੇ ਗੱਲ ਕਰਾਂਗੇ। ਬਾਕੀ ਨੰਬਰ 'ਚ ਹੀ ਲਗਾਤਾਰ ਫਲੈਸ਼ ਹੋਣੇ ਸ਼ੁਰੂ ਹੋ ਗਏ ਨੇ, ਇਹਨਾਂ ਨੰਬਰ ਨੂੰ ਤੁਸੀਂ ਐਜੂਕੇਸ਼ਨ ਦੇ ਅਬਰੋਡ ਦੇ ਨੰਬਰ ਨੂੰ ਤੁਸੀਂ ਨੋਟ ਕਰਕੇ ਰੱਖ ਲਓ, ਕਾਲ ਕਰੋ, ਫਿਰ ਆਫਿਸ ਦੇ ਵਿੱਚ, ਮੋਹਾਲੀ ਦੇ ਵਿੱਚ ਆਫਿਸ ਹੈਗਾ, ਆਫਿਸ ਦੇ ਵਿੱਚ ਵਿਜ਼ਿਟ ਕਰੋ। ਸੋ ਸਭ ਤੋਂ ਪਹਿਲਾਂ ਵੈਲਕਮ ਕਰ ਲੈਂਦੇ, ਵੈਲਕਮ ਸਰ। ਥੈਂਕ ਯੂ। ਸੋ ਸਰ, ਸਭ ਤੋਂ ਪਹਿਲਾਂ ਹੁਣ ਯੂਕੇ ਦੀ ਗੱਲ ਕਰ ਲੈਂਦੇ, ਕਿਉਂਕਿ ਯੂਕੇ ਦਾ ਇਸ ਟਾਈਮ ਟਾਈਮ ਚੱਲ ਰਿਹਾ ਹੈਗਾ, ਹਰ ਕੋਈ ਯੂਕੇ ਹੀ ਜਾਣਾ ਚਾਹੁੰਦਾ ਹੈਗਾ। ਸੋ ਯੂਕੇ ਦਾ ਇਸ ਟਾਈਮ ਦੇ ਕਰੰਟ ਪ੍ਰੋਸੀਜਰ ਦੀ ਗੱਲ ਕੀਤੀ ਜਾਵੇ, ਤਾਂ ਕੀ ਚੱਲ ਰਿਹਾ? ਮੈਮ, ਕਰੰਟ ਪ੍ਰੋਸੀਜਰ ਜਿਹੜਾ ਬਹੁਤ ਸਿੰਪਲ ਪ੍ਰੋਸੈਸ ਚੱਲ ਰਿਹਾ ਅੱਜ ਦੀ ਡੇਟ 'ਚ। ਕੋਈ ਵੀ ਬੱਚਾ ਜਿਹੜਾ ਕਿਸੇ ਵੀ ਕੰਟਰੀ ਤੋਂ ਰਿਫਿਊਜ਼ ਹੈ, ਫੋਰ ਐਗਜ਼ਾਮਪਲ ਕਾਫੀ ਬੱਚੇ ਜਿਹੜੇ ਕੈਨੇਡਾ ਤੋਂ ਰਿਫਿਊਜ਼ ਨੇ, ਜਿਨ੍ਹਾਂ ਦੇ 6 ਬੈਂਡ ਵੀ ਹੈਗੇ ਨੇ, ਨੋਟ ਲੈਸ ਦੈਨ 5.5 ਨੇ, 5.5 ਬੈਂਡ ਵਾਲੇ ਬੱਚੇ ਜਿਹੜੇ ਆਸਟ੍ਰੇਲੀਆ ਤੋਂ ਰਿਫਿਊਜ਼ਲ ਨੇ, ਜਾਂ ਬੱਚੇ ਨਿਊਜ਼ੀਲੈਂਡ ਤੋਂ ਕਾਫੀ ਰਿਫਿਊਜ਼ਲ ਨੇ। ਇੱਕ ਮੇਨ ਗੱਲ ਹੈ ਉਹਨਾਂ ਬੱਚਿਆਂ ਦੇ ਲਈ, ਕਿ ਉਹ ਬੱਚਿਆਂ ਕੋਲ ਇੱਕ ਬੜਾ ਵਧੀਆ ਮੌਕਾ ਆਇਆ, ਕਿਉਂਕਿ ਆਮ ਜਿਹੜਾ ਬੱਚਾ ਜਿਹਦੀ ਕੋਈ ਰਿਫਿਊਜ਼ਲ ਨਹੀਂ ਹੈਗੀ, ਫਰੈਸ਼ ਕੇਸ, ਉਹਦੇ ਵਾਸਤੇ ਤਾਂ ਮੌਕਾ ਵਧੀਆ ਹੈ ਹੀ ਹੈ, ਨਾਲ ਦੀ ਨਾਲ ਉਹਨਾਂ ਬੱਚਿਆਂ ਲਈ ਚੰਗਾ ਮੌਕਾ ਜਿਨ੍ਹਾਂ ਦੀ ਕਿਸੇ ਕੰਟਰੀ 'ਚ ਰਿਫਿਊਜ਼ਲ ਹੈ। ਤੁਸੀਂ ਈਜ਼ਲੀ ਯੂਕੇ ਅਪਲਾਈ ਕਰ ਸਕਦੇ ਹੋ। ਆਇਲਸ ਦੇ ਬੈਂਡ ਜੇਕਰ 6 ਹੈਗੇ ਨੇ, ਕੋਈ ਇਸ਼ੂ ਨਹੀਂ ਹੈਗਾ। ਜੇਕਰ ਤੁਹਾਡੇ ਕਿਸੇ ਨਾ ਕਿਸੇ ਮੋਡਿਊਲ 'ਚ 5.5 ਤੋਂ ਘੱਟ ਵੀ ਨੇ, ਤਾਂ ਵੀ ਕੋਈ ਇਸ਼ੂ ਨਹੀਂ ਹੈਗਾ। ਔਰ ਤੀਜੀ ਗੱਲ, ਕਿ ਜੇਕਰ ਤੁਸੀਂ ਆਇਲਸ ਨਹੀਂ ਵੀ ਕੀਤੀ ਹੋਈ, ਤੁਹਾਡੇ +2 ਪਾਸ ਆਊਟ ਤੁਸੀਂ ਹੈਗੇ ਹੋ, ਇੰਗਲਿਸ਼ ਸਬਜੈਕਟ ਦੇ 60% ਮਾਰਕਸ ਤੁਹਾਡੇ ਹੈਗੇ ਨੇ, ਤਾਂ ਈਜ਼ਲੀ ਤੁਸੀਂ ਯੂਕੇ ਅਪਲਾਈ ਕਰ ਸਕਦੇ ਹੋ। ਬੜੀਆਂ ਛੋਟੀਆਂ ਜਿਹੀਆਂ ਸ਼ਰਤਾਂ ਨੇ, ਜਨਵਰੀ ਇਨਟੇਕ ਬੜੇ ਨੀਅਰ ਬਾਏ ਆ, ਤੁਸੀਂ ਅੱਜ ਅਪਲਾਈ ਕਰਕੇ 1 ਤੋਂ 1.5 ਮੰਥ ਦੇ ਵਿੱਚ ਆਪਣਾ ਜਿਹੜਾ ਯੂਕੇ ਜਾਣ ਦਾ ਸੁਪਨਾ ਸਾਕਾਰ ਕਰ ਸਕਦੇ, ਯਾਨੀ ਕਿ 40-45 ਦਿਨ ਦਾ ਜਿਹੜਾ ਟੋਟਲ ਪ੍ਰੋਸੈਸ ਹੈਗਾ ਤੁਹਾਡਾ ਯੂਕੇ ਜਾਣ ਦਾ। 28 ਦਿਨ ਪੁਰਾਣੇ ਬੱਚੇ ਨੂੰ ਸਿਰਫ ਫੰਡ ਚਾਹੀਦੇ ਨੇ, ਬੱਚਾ +2 ਪਾਸ ਹੋਣਾ ਚਾਹੀਦਾ, ਗੈਪ ਕੋਈ ਮਾਇਨੇ ਰੱਖਦਾ, 2, 4, 6, 10 ਸਾਲ ਦਾ ਗੈਪ ਹੈ, ਕੋਈ ਇਸ਼ੂ ਨਹੀਂ ਹੈਗਾ, ਤੁਸੀਂ ਈਜ਼ਲੀ ਅਪਲਾਈ ਯੂਕੇ ਦੇ ਲਈ ਕਰ ਸਕਦੇ ਹੋ ਜੀ। ਅਤੇ ਫੰਡ ਦੀ ਗੱਲ ਕੀਤੀ, ਫੰਡ ਟੋਟਲ ਸ਼ੋ ਕਿੰਨੇ ਕੁ ਕਰਨੇ ਪੈਣਗੇ? ਮੈਮ, ਫੰਡਿੰਗ ਦੀ ਜਿਹੜੀ ਸਿਸਟਮ ਹੈਗੀ ਯੂਕੇ ਦੇ ਵਿੱਚ, ਫੰਡ ਦਾ ਇੱਕ ਬਹੁਤ ਅਹਿਮ ਰੋਲ ਹੈ, ਕਿਉਂਕਿ ਯੂਕੇ ਦੇ ਵਿੱਚ ਆਪਾਂ ਨੂੰ ਵੀਜ਼ਾ ਲੈਣ ਦੇ ਲਈ ਟੋਟਲ ਜਿਹੜੇ ਹੈਗੇ 40 ਪੁਆਇੰਟ ਆਪਣੇ ਅਕਾਊਂਟ ਕਰਾਉਣੇ ਹੁੰਦੇ ਆ, ਜਿਹਦੇ ਵਿੱਚ 30 ਨੰਬਰ ਆਪਾਂ ਨੂੰ ਕੈਸ਼ ਦੇ ਲੱਗਦੇ ਆ, 10 ਨੰਬਰ ਜਿਹੜੇ ਹੁੰਦੇ ਆ ਡਾਕੂਮੈਂਟਸ ਦੇ ਫੰਡ ਦੇ ਲੱਗਦੇ ਆ। ਫੰਡਸ ਦੇ ਨੰਬਰ ਜੇ ਆਪਾਂ ਗੱਲ ਕਰੀਏ, ਫੰਡ ਆਪਾਂ ਨੂੰ 28 ਦਿਨ ਪੁਰਾਣੇ ਚਾਹੀਦੇ ਨੇ। ਇਨਰ ਲੰਡਨ ਔਰ ਆਊਟਰ ਲੰਡਨ ਦੋ ਏਰੀਏ ਨੇ ਯੂਕੇ ਦੇ ਵਿੱਚ, ਦੋਨਾਂ ਏਰੀਆਜ਼ ਦੇ ਲਈ ਬੱਚੇ ਨੂੰ ਅਲੱਗ ਅਲੱਗ ਫੰਡ ਦੀ ਰਿਕੁਆਇਰਮੈਂਟ ਹੈ। ਜਿੱਥੇ ਇਨਰ ਲੰਡਨ ਦੇ ਵਿੱਚ 11,350 ਪਾਉਂਡ ਦੀ ਰਿਕੁਆਇਰਮੈਂਟ ਹੈ, ਉੱਥੇ ਹੀ ਆਊਟਰ ਲੰਡਨ ਦੇ ਵਿੱਚ 9,930 ਜਾਂ 9,950 ਜਿਹੜੀ ਪਾਉਂਡ ਦੀ ਹੈਗੀ ਰਿਕੁਆਇਰਮੈਂਟ ਹੈ ਬੱਚੇ ਨੂੰ। ਬੱਚੇ ਦੀ ਇੰਡੀਅਨ ਕਰੰਸੀ ਦੀ ਆਪਾਂ ਗੱਲ ਕਰੀਏ, 10 ਤੋਂ 15 ਲੱਖ ਦੇ ਵਿੱਚ ਬੱਚੇ ਨੇ ਫੰਡ ਸ਼ੋਅ ਕਰਨੇ ਹੁੰਦੇ ਆ, ਜਿਹੜੇ ਕਿ 28 ਦਿਨ ਪੁਰਾਣੇ ਹੋਣੇ ਚਾਹੀਦੇ ਆ। ਜਦੋਂ ਤੁਹਾਡੇ ਫੰਡ 28 ਦਿਨ ਪੁਰਾਣੇ ਹੋ ਜਾਣਗੇ, ਨੈਕਸਟ ਡੇ ਤੁਸੀਂ ਫਾਈਲ ਅੰਬੈਸੀ ਵਿੱਚ ਲਗਾ ਕੇ ਆਪਣਾ ਰਿਜ਼ਲਟ ਜਿਹੜਾ ਹੈਗਾ ਲੈ ਸਕਦੇ ਹੋ। ਬਿਲਕੁਲ ਜੀ। ਅੱਛਾ, ਤੁਸੀਂ ਇਨਰ ਲੰਡਨ ਅਤੇ ਆਊਟਰ ਲੰਡਨ ਦੀ ਗੱਲ ਕੀਤੀ ਹੈਗੀ, ਇਹਦੇ ਵਿੱਚ ਵੀ ਸਟੂਡੈਂਟ ਕਾਫੀ ਜ਼ਿਆਦਾ ਕਨਫਿਊਜ਼ ਹੈ ਕਿ ਹੁਣ ਕਿਹੜੀ ਜਗ੍ਹਾ 'ਤੇ ਜਾਈਏ, ਕਿਉਂਕਿ ਜਦੋਂ ਯੂਕੇ ਦੀ ਗੱਲ ਆਉਂਦੀ ਸਟੂਡੈਂਟ ਨੂੰ ਲੱਗਦਾ ਕਿ ਅਸੀਂ ਲੰਡਨ ਹੀ ਪਹੁੰਚਣਾ ਹੈਗਾ, ਪਰ ਤੁਹਾਨੂੰ ਕੀ ਲੱਗਦਾ ਪਿਓਰਟੀ ਕਿਸ ਚੀਜ਼ ਨੂੰ ਦੇ ਰਹੇ ਨੇ ਅਤੇ ਕਿੱਥੇ ਜਾ ਕੇ ਫਾਇਦਾ ਪਹੁੰਚੇਗਾ ਸਟੂਡੈਂਟਸ? ਮੈਮ, ਜਿਹੜੀ ਸਾਡੀ ਸੋਚਣੀ ਉਹ ਇਹ ਹੈ ਕਿ ਸਟੂਡੈਂਟ ਨੂੰ ਪ੍ਰਿਓਰਟੀ ਇਸ ਟਾਈਮ ਇਹ ਨਹੀਂ ਦੇਣੀ ਚਾਹੀਦੀ ਕਿ ਮੈਂ ਇਨਰ ਲੰਡਨ ਜਾ ਰਿਹਾ ਹਾਂ, ਮੈਂ ਆਊਟਰ ਲੰਡਨ ਜਾ ਰਿਹਾ। ਅੱਜ ਦੀ ਡੇਟ ਦੇ ਵਿੱਚ ਯੂਕੇ 2012-13 ਤੋਂ ਬਾਅਦ ਗੱਲ ਕਰੀਏ, 6 ਜਾਂ 7 ਸਾਲ ਤੋਂ ਬਾਅਦ ਯੂਕੇ ਨੇ ਆਪਣੇ ਵੀਜ਼ਾਜ਼ ਓਪਨ ਕੀਤੇ ਨੇ। ਯੂਕੇ ਇੱਕ ਫ੍ਰੀਕੁਐਂਟਲੀ ਵੀਜ਼ਾ ਦੇ ਰਿਹਾ, ਜੇ ਆਪਾਂ ਸਤੰਬਰ ਇਨਟੇਕ ਦੀ ਗੱਲ ਕਰੀਏ, ਸਾਡਾ 100% ਸਕਸੈਸ ਰੇਟ ਰਿਹਾ, ਕੋਈ ਵੀ ਸਿੰਗਲ ਕੇਸ ਜਿਹੜਾ ਸੀ ਉਹ ਰਿਫਿਊਜ਼ ਨਹੀਂ ਹੋਇਆ। ਹਰੇਕ ਬੱਚੇ ਦਾ ਵੀਜ਼ਾ ਹੈ, ਚਾਹੇ ਉਹ ਬੱਚਾ 2 ਸਾਲ ਦੇ ਗੈਪ ਨਾਲ ਵਾਲਾ ਸੀ, ਚਾਹੇ ਉਹ ਬੱਚਾ 10 ਸਾਲ ਦੇ ਗੈਪ ਵਾਲਾ ਸੀ, ਚਾਹੇ ਬੱਚਾ 55% ਮਾਰਕਸ ਵਾਲਾ ਸੀ, ਹਰੇਕ ਬੱਚੇ ਨੂੰ ਵਿਦ ਆਇਲਸ ਔਰ ਵਿਦਆਊਟ ਆਇਲਸ ਦੋਨਾਂ ਬੱਚਿਆਂ ਦੇ ਕਾਫੀ ਸਮੂਥਲੀ ਵੀਜ਼ਾ ਆਏ ਨੇ। ਹੁਣ ਇੱਥੇ ਰੇਸ਼ੋ ਹੈ ਕਿ ਬੱਚੇ ਚਾਹੁੰਦੇ ਨੇ ਕਿ ਕਿਤੇ ਨਾ ਕਿਤੇ ਇਨਰ ਲੰਡਨ ਨੂੰ ਜ਼ਿਆਦਾ ਪ੍ਰੈਫਰ ਕਰਦੇ ਨੇ, ਬਿਕੋਜ਼ ਉਹਨਾਂ ਦੇ ਜਿਹੜੇ ਪੁਰਾਣੇ ਰਿਸ਼ਤੇਦਾਰ ਨੇ, ਕਿਸੇ ਦਾ ਕੋਈ ਬਰਮਿੰਗਮ 'ਚ ਹੈਗਾ, ਕਿ ਸਾਊਥ ਹਾਲ 'ਚ ਹੈਗਾ, ਇਸ ਤਰ੍ਹਾਂ ਕਾਫੀ ਬੱਚਾ ਰਿਸ਼ਤੇਦਾਰੀ ਜਿਹੜੀ ਉਹ ਪੁਰਾਣੇ ਜਿਹੜੇ ਲੋਕ ਗਏ ਹੋਏ ਨੇ ਉਹ ਕਾਫੀ ਇਨਰ ਲੰਡਨ 'ਚ ਨੇ। ਪਰ ਜੇ ਆਪਾਂ ਆਊਟਰ ਲੰਡਨ ਦੀ ਗੱਲ ਕਰੀਏ, ਚਾਹੇ ਉਹ ਸਕੋਟਲੈਂਡ ਹੈ, ਚਾਹੇ ਮੈਨਚੈਸਟਰ ਹੈ, ਚਾਹੇ ਵੇਲ
एडमिशन के लिए थोड़ा जो डॉक्यूमेंट ने घट आप शो करने पैदा ने कि जिथे इनर लंडन की आप गल करिए कोवेंट्री वर्गी यूनिवर्सिटी ने हडरसफील्ड वर्गी यूनिवर्सिटीज ने उन्होंने रिक्वायरमेंट काफ़ी हाई है। पर जे आप यूनिवर्सिटी ऑफ वैसट स्कॉटलैंड की गल करिए यूनिवर्सिटी ऑफ साउथ वेल्स की गल करिए अज की डेट बच्चों को विदाउट इंटरव्यू भी ऑफर लैटर प्रोवाइड हो रहे हैं क्योंकि काफ़ी बच्चे अपने हैजीटेट करते हैं नंबर उन्होंने है आयल्स के बैंड भी है पर बच्चे कितने कितने इंटरव्यू तो झिझक जाते हैं किसी इंटरव्यू नहीं दे पावे बच्चे टैलीफोनिक इंटरव्यू नहीं दे पाते कितने ना कि यूनिवर्सिटीज़ वालों कुछ एक यूनिवर्सिटियाँ स्काइप इंटरव्यू भी लेंदियां ने इस करके जो यूनिवर्सिटी वाले बच्चे चाहते हैं कि असं यूके जाना चाहते हैं यूनिवर्सिटी जाना चाहते हैं चंगी यूनिवर्सिटी पढ़ना चाहते हैं और कितने ना कि इंटरव्यू में लैके घबराहट है तो तुम आउटर लंडन जेकर अपलाई कर दो साडे कोल मैक्सिमम अहिजी यूनिवर्सिटी ने नाल दी नाल इनर लंडन के कुछ एक यूनिवर्सिटी है जो इंटरव्यू नहीं लै रही आउटर लंडन इनर लंडन के मेन इस तो इलावा कोई ज़्यादा फर्क नहीं है जेकर बच्चा आउटर लंडन जाता है काम कर दी ऑप्शन मेनली वाद है यूनिवर्सिटी बच्चे घट्ट ही अटेंड करनी पैंती है और नाल दी नाल जो पी आर के चांस ने आउटर लंडन के वादे ने बच्चे जी। सो कितने ना कितने जो चीज़ कैनेडा ऑस्ट्रेलिया दे विच सानू सुनने नूं मिलदी उही गल है कि इनर लंडन दे विच रश ऑलरेडी बहुत ज़्यादा हो चुका है जिथे यूनिवर्सिटीज़ वड्डियां ने उन्हां दी उन्हें तुहाडे लिविंग एक्सपेंसिस भी ज़्यादा आउणगे इत्थों भी खर्चा ज़्यादा आएगा फॉरमैलिटीज़ भी ज़्यादा होणगियां सो आउटर लंडन दे विच जिथे रश थोड़ा जिहा घट होएगा उत्थे तुहानूं ज़्यादा फायदा भी पहुंच सो जदों यूके की गल आती है तो एक ही प्रॉब्लम स्टूडेंट नूं पहलां सीगी कितने ना कितने डर सीगा वर्क परमिट दा सो पी एस डबल्यू हुणे गवर्नमेंट वालों अनाउंस किया गया उहदे बारे थोड़ा जिहा क्लीयर कर दो स्टूडेंट्स नूं। ये मैम काफ़ी एक चंगी खबर है जी पिछले दिन उन्होंने प्रेजिडेंट वालों दी गई कि कोई भी बच्चा जिहड़ा हुण यूके पढ़न दे लई जा रहा जेकर बच्चा ग्रैजुएशन दे लई जा रहा वो बच्चे जिहड़े सिर्फ बैचलर लई जां मास्टर लई जा रहे हैं इन्हां च वह बच्चे नहीं होणगे जिहड़े शॉर्ट टर्म कोर्स लई जा रहे हैं फाउंडेशन कोर्स लई जा रहे हैं इंग्लिश कोर्स लई जा रहे हैं या कोई भी डिप्लोमा एडवांस डिप्लोमा जिहड़ा बच्चा जा रहा उन्हों पोस्ट स्टडी वर्क परमिट तो नहीं अलाउड और नाल दी नाल उस बच्चे जिहड़ा वीकली 20 आवर्स का वर्क परमिट है वो भी अलाउड नहीं है। सो जिहड़े बच्चे इतों प्लस टू पास आउट ने वो ग्रैजुएशन लई जाणगे 3 या 4 साल की ग्रैजुएशन होगी उस तो बाद बच्चे 2 साल का पोस्ट स्टडी वर्क परमिट मिलेगा जिहड़े बच्चे मास्टर्स लई जाणगे उन्होंने 2 साल का पोस्ट स्टडी वर्क परमिट मिलेगा इस तों इलावा कोई बच्चा जिहड़ा जाऊगा उन्होंने वर्क परमिट नहीं मिलेगा। वर्क परमिट मिलन के नाल कितने ना कितने बच्चों की जिते काम कर दी एक साधन वाद देने के बच्चों को काम कर लभना ईजी होगा जॉब बच्चे की ईजी होगी उत्थे बच्चे यह फायदा होगा कि जिहड़ा बच्चा इतों 4 साल की बैचलर ही जा रहा उस तो बाद बच्चा 2 साल का पोस्ट स्टडी वर्क परमिट कर रहा है 6 ईयर की लीगल स्टे तो बाद बच्चा ईजली पी आर भी अपलाई कर सकता उत्थे। ओके सो जी जी ऑप्शन है पर कितने ना कितने ऑप्शन जड़िया ने कुछ एक स्टूडेंट लिए ये तुम चूज करना कि असं कि कोर्सिज लैने ने किस तरीके कितनी देर की स्टडी ली जाना ताकि पी एस डबल्यू जरा सू मिल सके उस तो बाद पी आर की ऑप्शन जो 6 साल उत्थे रह लोगे लीगल तरीके तो पी आर की ऑप्शन भी मिल जाएंगी। अच्छा हूँ यूके की गल आती स्पाउस जरा जा सकता है जे जा सकता है तो कि कैटेगरी के जाएगा। बिल्कुल मैम यूके एक ऐसी कंट्री है जिन्हें स्टार्टिंग तो लैके जो आप 2009 या 2008 तो गल कर ली जो यूके एक स्टार्ट होया सी जो बच्चों ने इतने पढ़न जाने लिए स्टार्ट किया उदों तो लैके यूके हुण तक स्पाउस का वैलकम करता है कोई भी बच्चा जिहड़ा इतों जिन्हें ग्रैजुएशन की हुई है अपने स्पाउस नूं नाल लैके जा सकता है और इतने खास गल यह है कि तुहानूं स्पाउस की क्वालिफिकेशन की कोई जरूरत नहीं है कि स्पाउस थोड़ा 10th पास है प्लस 2 पास है तुहाडा स्पाउस जेकर नहीं भी पढ़िया लिखा तां वी तुसीं नाल लैके जा सकते हो डे 1 तो नाल लैके जा सकते हो। दूजे पासे बच्चों की काफ़ी क्वेरीज यह बहुत आउंदियां ने कि साडा असीं प्लस 2 पास आउट है मेन जिहड़ा एप्लीकेंट है और जिहड़ा उन्हें बैचलर दे लई जाणा पर स्पाउस असीं नाल लैके जाणा चाहुंदे आ उहनां बच्चों नूं इह कि तुहाडा स्पाउस नाल जाण दी बजाय जेकर तुसीं 15-20 दिन दे मेन एप्लीकेंट की फाइल तो बाद लगा मेन एप्लीकेंट एक बार यूके पढ़न लग जाए उसकी स्टार्टिंग हो जाए उस तो बाद जो स्पाउस की फाइल लगती है कितने ना कितने सक्सैस रेट बहुत वधिया है। जरूरी नहीं कि तुहाडा स्पाउस डे 1 तो नाल जाए तुसीं 10-15 दिन वेट करके नाल लैके जा सकते हो कितने ना कितने जो आप प्लस 2 वाले बच्चे की जो बैचलर लई जा रहा जेकर स्पाउस की एप्लीकेशन उसके नाल लगाने तो कितने ना कितने जी मेन एप्लीकेंट की फाइल है उत्ते भी एक डर आ जाता है कि इन्हों का भी रिफ्यूज़ ना हो जाए। सो जो बच्चे प्लस 2 पास आउट ने तुसीं अपने स्पाउस को 1 महीने तो बाद उनका वीज़ा अपलाई करवा सकते हो और जो बच्चे ग्रैजुएट ने तुहाडा स्पाउस डे 1 तो नाल अपलाई कर सकते हो तो डे 1 तो इकट्ठे फ्लाई कर सकते हो और मेनली गल स्पाउस का उत्थे जाके डिपेंडेंट वीज़ा लगेगा जिद 24 आवर्स लीगल वर्क परमिट अलाउड है उत्थे काम कर सकते हैं ईजीली थोड़ा सपोर्ट कर सकते हैं किसी तरीके की कोई इशू नहीं होगा। बिल्कुल जी सो स्पाउस नाल जरा जा सकता है प्लस 2 वाले बच्चे भी लैके जा सकते हैं। अच्छा चलो हम अस गैप वाले स्टूडेंट्स की गल करते कि 10 साल का गैप हैगा तुम दस कि पहुँच सकते हैं वह बच्चे तो जो 10 साल उन्होंने फॉरमैलिटीज़ कितने ना कि थोड़ा जहा फर्क पेगा चाहे वह बजट की गल कर लिए चाहे स्पाउस की एलिजिबिलिटी की गल कर लिए। जी आप बजट की गल करिए मैम बजट की कोई इशू नहीं है बजट सेम ही रहना क्योंकि यूनिवर्सिटी कॉलेज की जी फीसा ने सेम ने चाहे बच्चा गैप वाला चाहे फ्रैश है वो कोई बजट की कोई यही नहीं है तो बजट बहुत ज़्यादा वध जूगा पर गैप तो यह
मतलब नहीं है कि कोई भी बच्चा जिन्हें 2012-13 च प्लस टू की 14 च प्लस टू की है सोचे कि मैं 5 साल घर सी तो मैं हूँ अपलाई करता तो मेरा वीज़ा लग जूगा। इस तरह के बच्चों के वीज़े नहीं लगने। दूजी गल मैनू नहीं लगता कि कोई बच्चा जो 14-15 जिन्हें प्लस टू कर ली कोई ना कोई किसी बच्चे की फैमिली प्रॉब्लम होंगी है किसी ने कोई फाइनैशियल प्रॉब्लम होंगी कोई ना कोई बच्चा किसी वजह करके अपना काम कार छड़ अपनी स्टडी छड़ उस तो बाद कोई बच्चे ने कोई भी जॉब की हुई अपना कोई घर के बिजनेस काम किया हो या कोई खेतीबाड़ी की हुई है कोई भी तुसी काम किया है कोई भी तुहाडे कोल एविडेंस हैगा तुहानू एक प्रूफ देने पैणगे कि इन्हां 2-4-5-7 साल जिहड़े गैप सीगा तुसी उस दौरान की किया। जदों तुसी वो एविडेंस दे दिंदे हो तुहाडे एविडेंस कंप्लीट हुंदे तुहानू कोई भी यूनिवर्सिटी जिहड़ी हैगी ईजली ऑफर लैटर प्रोवाइड कर देंदी उस तो बाद तुसी अपना प्रोसैस इशू कर सकते हो चाहे तुहाडा गैप 2 साल का है चाहे 4 साल का चाहे 10 साल का है। और मेनली गल जिहड़े बच्चे ग्रैजुएट ने वो तो उन्हां दा गैप तो एक्सैप्टड हुंदा ही हुंदा कितें ना कितें प्लस टू वाले बच्चे दे मन च डर हुंदा है कि मेरा गैप एक्सैप्टड है या नहीं है। सो इत्थे मैं एक गल खास दसना चाहूँगा तुसी जेकर प्लस टू की हुई तुहाडा ਤਾਂ ਵੀ ਗੈਪ ਹੈ ਤੁਸੀਂ ਤਾਂ ਵੀ ਅਪਲਾਈ ਕਰ ਸਕਦੇ ਹੋ। ਜਨਵਰੀ ਇਨਟੇਕ ਲਈ ਤੁਸੀਂ ਜੇਕਰ ਜਲਦੀ ਅਪਲਾਈ ਕਰੋਗੇ ਤਾਂ ਉਨੀ ਜਲਦੀ ਤੁਹਾਡਾ ਵੀਜ਼ਾ ਆਊਗਾ ਔਰ ਉਨੀ ਐਡਵਾਂਸ ਐਂਟਰੀ ਤੁਸੀਂ ਯੂਕੇ ਦੇ ਵਿੱਚ ਜਾ ਕੇ ਕਰ ਸਕਦੇ ਹੋ। ਸੋ ਬਿਲਕੁਲ ਜੀ ਗੈਪ ਦੀ ਅਸੀਂ ਗੱਲ ਕੀਤੀ ਗੈਪ ਚੱਲ ਸਕਦਾ ਪਰ ਪ੍ਰੋਪਰ ਤਰੀਕੇ ਦੀ ਜਸਟੀਫਿਕੇਸ਼ਨ ਹੋਣੀ ਚਾਹੀਦੀ। ਅੱਛਾ ਗੈਪ ਵੀ 2 ਤਰੀਕੇ ਦਾ ਹੁੰਦਾ ਹੈ, ਇੱਕ ਤਾਂ ਠੀਕ ਹੈ ਕੰਟੀਨਿਊਸਲੀ ਤੁਸੀਂ ਪਲੱਸ ਟੂ ਕਰ ਲਈ ਹੈਗੀ ਉਸ ਤੋਂ ਬਾਅਦ ਤੁਹਾਡਾ 5-7 ਸਾਲ ਦਾ ਗੈਪ ਹੈ, ਇੱਕ ਇਹ ਵੀ ਦੇਖੇ ਨੇ ਕਿ 10th ਕੀਤੀ ਹੈਗੀ ਫਿਰ 2-3 ਸਾਲ ਦਾ ਗੈਪ ਫਿਰ ਪਲੱਸ ਟੂ ਜਾ ਕੇ ਕਰ ਲੈਂਦੇ ਨੇ ਫਿਰ 2-3 ਸਾਲ ਦਾ ਗੈਪ। ਜਿਵੇਂ ਇੱਥੇ ਮੈਂ ਦੱਸਣਾ ਚਾਹੂੰਗਾ ਕਿ ਜਿਹੜੇ ਬੱਚਿਆਂ ਦਾ ਕੋਈ ਵੀ ਗੈਪ ਹੈ ਕਈ ਵਾਰੀ ਆਪਾਂ ਦੇਖਦੇ ਹਾਂ ਕਿ ਬੱਚੇ ਨੇ ਪਲੱਸ ਟੂ ਕੀਤੀ ਉਸ ਤੋਂ ਬਾਅਦ ਗ੍ਰੈਜੂਏਸ਼ਨ ਦਾ 2 ਸਾਲ ਦਾ ਗੈਪ ਪੈ ਜਾਂਦਾ ਹੈ ਜਾਂ ਕਿਸੇ ਬੱਚੇ ਨੇ 10ਵੀਂ ਕਰ ਲਈ ਸਾਲ ਅੱਧੇ ਦਾ ਉਹਦਾ ਬੱਚੇ ਦਾ ਗੈਪ ਹੁੰਦਾ 10ਵੀਂ ਤੋਂ ਬਾਅਦ ਆਪਾਂ ਨੂੰ ਦੇਖਣ ਨੂੰ ਆਉਂਦਾ ਕਿ ਜਿਹੜਾ ਬੱਚਿਆਂ ਦੇ ਮੈਕਸੀਮਮ ਗੈਪ ਨੇ ਉਹ ਸਾਲ ਜਾਂ 2 ਸਾਲ ਦੇ ਹੁੰਦੇ ਨੇ ਕਿਉਂਕਿ ਕਿਸੇ ਨਾ ਕਿਸੇ ਜਾਂ ਤਾਂ ਕੋਈ ਬੱਚਾ ਕਈ ਵਾਰੀ ਪਲੱਸ ਟੂ 'ਚੋਂ ਫੇਲ ਹੋ ਜਾਂਦਾ ਤਾਂ ਬੱਚੇ ਦਾ ਗੈਪ ਵੱਧ ਜਾਂਦਾ ਜਾਂ ਕਿਸੇ ਬੱਚੇ ਦੀ ਕੋਈ ਮੈਡੀਕਲ ਕੰਡੀਸ਼ਨ ਹੁੰਦੀ ਹੈ ਤਾਂ ਉਸ ਬੱਚੇ ਦਾ ਗੈਪ ਵੱਧਦਾ। ਜਦੋਂ ਉਹ ਬੱਚੇ ਕੋਲ ਗੈਪ ਦੇ ਐਵੀਡੈਂਸ ਪ੍ਰੋਪਰ ਹੁੰਦੇ ਨੇ ਚਾਹੇ ਕੋਈ ਬੱਚੇ ਕੋਲ ਮੈਡੀਕਲ ਸਰਟੀਫਿਕੇਟ ਹੋਏ ਜਾਂ ਉਹਨੇ ਕੋਈ ਜਦੋਂ ਉਹਦੇ ਫੇਲਰ ਦੀ ਜਿਹੜੀ DMC ਆ ਉਹਦੇ ਕੋਲ ਹੋਏ ਬੱਚੇ ਦੇ ਜੇਕਰ ਉਹਦਾ ਐਵੀਡੈਂਸ ਹੈਗਾ ਤਾਂ ਉਸ ਬੱਚੇ ਨੂੰ ਕੋਈ ਪ੍ਰੋਬਲਮ ਨਹੀਂ ਹੈ ਕਿ ਤੁਹਾਡਾ 10ਵੀਂ ਤੋਂ ਬਾਅਦ ਸਾਲ ਦਾ ਗੈਪ ਹੈ 2 ਸਾਲ ਦਾ ਗੈਪ ਹੈ ਪਲੱਸ ਟੂ ਤੋਂ ਬਾਅਦ ਤੁਹਾਡਾ 2-4 ਸਾਲ ਦਾ ਗੈਪ ਹੈ ਤੁਹਾਡੀ ਗ੍ਰੈਜੂਏਸ਼ਨ ਦੇ ਵਿੱਚ ਤਾਂ ਵੀ ਤੁਸੀਂ ਅਪਲਾਈ ਕਰ ਸਕਦੇ ਹੋ ਔਰ ਗ੍ਰੈਜੂਏਸ਼ਨ ਤੋਂ ਬਾਅਦ ਤੁਹਾਡਾ ਜਿੰਨਾ ਮਰਜ਼ੀ ਗੈਪ ਹੋਏ ਤਾਂ ਵੀ ਤੁਸੀਂ ਯੂਕੇ ਲਈ ਜਾਂ ਆਸਟ੍ਰੇਲੀਆ ਲਈ ਦੋਨੋਂ ਕੰਟਰੀ ਲਈ ਅਪਲਾਈ ਈਜ਼ਲੀ ਕਰ ਸਕਦੇ ਹੋ। ਬਿਲਕੁਲ ਜੀ, ਸੋ ਗੈਪ ਜਿਵੇਂ ਗੱਲ ਕੀਤੀ ਗੈਪ ਚੱਲ ਜਾਏਗਾ ਪਰ ਪ੍ਰੋਪਰ ਤਰੀਕੇ ਦੀ ਜਸਟੀਫਿਕੇਸ਼ਨ ਹੋਣੀ ਚਾਹੀਦੀ ਹੈ। ਅੱਛਾ ਹੁਣ ਯੂਕੇ ਤੋਂ ਬਾਅਦ ਆਸਟ੍ਰੇਲੀਆ ਦੀ ਗੱਲ ਕਰਦੇ ਹਾਂ ਕਿਉਂਕਿ ਇੰਨੇ ਦਿਨੀ ਯੂਕੇ ਹੀ ਹੋਇਆ ਪਿਆ ਉਸ ਤੋਂ ਬਾਅਦ ਬਾਕੀ ਕੰਟਰੀਜ਼ ਵੱਲ ਧਿਆਨ ਜਿਹੜਾ ਥੋੜਾ ਜਿਹਾ ਘੱਟ ਜਾ ਰਿਹਾ, ਪਹਿਲਾਂ ਕੈਨੇਡਾ ਸੀ ਉਹ, ਸੋ ਆਸਟ੍ਰੇਲੀਆ ਜਿਨ੍ਹਾਂ ਨੇ ਵੀ ਅਪਲਾਈ ਵੀ ਕਰਨਾ ਚਾਹੁੰਦੇ ਨੇ ਕਹਿ ਦਿੱਤਾ ਜਾਂਦਾ ਰੂਲ ਰੈਗੂਲੇਸ਼ਨ ਕਾਫੀ ਜ਼ਿਆਦਾ ਟਫ ਹੋ ਗਏ ਨੇ, ਲੱਗ ਹੀ ਨਹੀਂ ਰਹੇ ਵੀਜ਼ੇ ਆਸਟ੍ਰੇਲੀਆ ਦੇ, ਇਹਦੇ ਵਿੱਚ ਕਿੰਨੀ ਕੁ ਸੱਚਾਈ? ਮੈਮ ਆਸਟ੍ਰੇਲੀਆ ਦੇ ਵੀਜ਼ੇ ਉਹਨਾਂ ਲੋਕਾਂ ਦੇ ਨਹੀਂ ਲੱਗ ਰਹੇ ਜਿਹੜੇ ਕਿਤੇ ਨਾ ਕਿਤੇ ਡਿਪਲੋਮਾਸ ਜ਼ਿਆਦਾ ਅਪਲਾਈ ਕਰ ਰਹੇ ਨੇ, ਜਿਹੜੇ ਬੱਚਿਆਂ ਦੇ 5-5 ਬੈਂਡ 'ਤੇ ਅਪਲਾਈ ਹੋ ਰਹੇ ਨੇ, ਕਿਸੇ ਮੋਡਿਊਲ 'ਚ ਬੱਚੇ ਦੇ 4.5 ਨੇ ਤਾਂ ਅਪਲਾਈ ਹੋ ਰਹੇ ਨੇ, ਉਹਨਾਂ ਬੱਚਿਆਂ ਦੇ ਕਿਤੇ ਨਾ ਕਿਤੇ ਰਿਜੈਕਸ਼ਨ ਆ ਰਹੀ ਹੈ, ਕਿਤੇ ਨਾ ਕਿਤੇ GT ਨੂੰ ਲੈ ਕੇ ਕਾਫੀ ਵੱਡੀ ਰਿਜੈਕਸ਼ਨ ਆ ਰਹੀ ਹੈ, ਤੁਹਾਡੀ SOP ਠੀਕ ਨਹੀਂ ਸੀ, ਤੁਹਾਡੇ ਸੋਰਸ ਆਫ ਇਨਕਮ ਠੀਕ ਨਹੀਂ, ਤੁਹਾਡੇ ਫੰਡ ਜੈਨੂਇਨ ਨਹੀਂ ਸੀ, ਉਹਨਾਂ ਬੱਚਿਆਂ ਦੀ ਰਿਜੈਕਸ਼ਨ ਆ ਰਹੀ ਹੈ। ਅੱਜ ਦੀ ਡੇਟ 'ਚ ਵੀ ਜਿਹੜਾ ਬੱਚਾ ਜੈਨੂਇਨ ਹੈ ਓਵਰਆਲ ਤੁਹਾਡੇ 6 ਬੈਂਡ ਹੈਗੇ ਨੇ, ਨੋਟ ਲੈਸ ਦੈਨ 5.5 ਨੇ, 1, 2 ਜਾਂ 3 ਮੋਡਿਊਲ 'ਚ 5.5 ਨੇ ਤਾਂ ਵੀ ਤੁਸੀਂ ਈਜ਼ਲੀ ਡਿਪਲੋਮਾਸ ਦੇ ਲਈ ਅਪਲਾਈ ਕਰ ਸਕਦੇ ਹੋ। ਪਰ ਇਹ ਨਹੀਂ ਕਿ ਤੁਸੀਂ ਕਿਸੇ ਵੀ ਹੋਸਪਿਟੈਲਿਟੀ ਡਿਪਲੋਮਾ 'ਚ ਜਾਂ ਬਿਜ਼ਨਸ ਡਿਪਲੋਮਾ 'ਚ ਆਪਾਂ ਕੇਸਿਸ ਪਾਈਏ ਤਾਂ ਆਪਣੇ ਵੀਜ਼ੇ ਆਉਣਗੇ, ਚੰਗੇ ਕੋਰਸਿਸ ਦਾ ਵੀਜ਼ਾ ਪਾਇਆ ਕਰੋ, ਚੰਗੇ ਕੋਸ਼ਿਸ਼ ਕਰਿਆ ਕਰੋ, ਆਪਣੇ ਕੋਰਸਿਸ 'ਤੇ ਵੱਧ ਤੋਂ ਵੱਧ ਸਰਚ ਕਰਿਆ ਕਰੋ। ਲੈਵਲ 1 ਦੇ ਕਾਲਜ 'ਚ ਜਦੋਂ ਆਪਾਂ ਐਡਮਿਸ਼ਨ ਪਾਉਂਦੇ ਤਾਂ ਕਿਤੇ ਨਾ ਕਿਤੇ ਸਕਸੈਸ ਰੇਟ ਵਧੀਆ ਹੁੰਦਾ ਔਰ ਨਾਲ ਦੀ ਨਾਲ ਜਿਹੜੇ ਬੱਚੇ ਪਲੱਸ ਟੂ ਪਾਸ ਆਊਟ ਨੇ, 2018-19 ਤੁਸੀਂ ਪਾਸ ਆਊਟ ਹੋ, ਤੁਹਾਡੇ 6 ਬੈਂਡ ਹੈਗੇ ਨੇ, ਨੋਟ ਲੈਸ ਦੈਨ 5.5 ਬੈਂਡ ਨੇ, ਤੁਸੀਂ ਯੂਨੀਵਰਸਿਟੀ ਵਿੱਚ ਐਂਟਰੀ ਲੈ ਸਕਦੇ ਹੋ। ਪਰ ਬਸ਼ਰਤੇ ਤੁਹਾਡੀ ਜਿਹੜੀ ਪਰਸੈਂਟੇਜ ਆ 60-65% ਹੋਣੀ ਚਾਹੀਦੀ ਹੈ ਤਾਂ ਤੁਹਾਨੂੰ ਯੂਨੀਵਰਸਿਟੀ ਐਡਮਿਸ਼ਨ ਦੇਣ ਦੀ, ਔਰ ਕਿਤੇ ਨਾ ਕਿਤੇ ਜਿਹੜੀ ਬੈਚਲਰ ਡਿਗਰੀ 'ਚ ਆਪਾਂ ਗੱਲ ਕਰੀਏ ਤਾਂ ਸਕਸੈਸ ਰੇਟ ਬਹੁਤ ਜ਼ਿਆਦਾ ਵਧੀਆ ਹੈ। ਪਰ ਜਿਹੜੇ ਬੱਚਿਆਂ ਦੇ ਨੰਬਰ ਹੁਣ 55% ਨੇ ਜਾਂ 50-60 ਦੇ ਵਿੱਚ ਹੋ ਜਾਂਦੇ ਨੇ, ਉਹਨਾਂ ਬੱਚਿਆਂ ਦੇ ਲਈ ਸਿਰਫ ਔਰ ਸਿਰਫ ਡਿਪਲੋਮਾ ਇੱਕ ਰਸਤਾ ਵੱਜਦਾ, ਤੁਸੀਂ ਡਿਪਲੋਮਾ 'ਚ ਅਪਲਾਈ ਕਰਕੇ ਆਸਟ੍ਰੇਲੀਆ ਵੀਜ਼ਾ ਲੈ ਸਕਦੇ ਹੋ। ਪਰ ਬੈਂਡ ਦੀ ਰਿਕੁਆਇਰਮੈਂਟ ਜਿਹੜੀ ਹੈਗੀ ਹੈ ਤੁਹਾਡੀ 6 ਨੋਟ ਲੈਸ ਦੈਨ 5.5 ਹੋਣੀ ਚਾਹੀਦੀ ਹੈ। ਡਿਪਲੋਮੇ ਦੀ ਗੱਲ ਕੀਤੀ ਪਰ ਇਹ ਵੀ ਕਿਹਾ ਜਾ ਰਿਹਾ ਡਿਪਲੋਮਾ 'ਚ ਵੀਜ਼ਾ ਨਹੀਂ ਆ ਰਿਹਾ, ਜੇ ਆ ਵੀ ਰਿਹਾ ਤਾਂ ਵਰਕ ਪਰਮਿਟ ਦੇ ਵਿੱਚ ਅੱਗੇ ਦਿੱਕਤ ਆਏਗੀ ਸਟੂਡੈਂਟਸ ਨੂੰ? ਮੈਮ ਕੋਈ ਵੀ ਬੱਚਾ ਜਿਹੜਾ ਤੁਹਾਡਾ ਡਿਪਲੋਮਾ ਅਪਲਾਈ ਕਰਦਾ, ਜੇਕਰ ਹੁਣ ਬੱਚੇ ਮੈਕਸੀਮਮ ਜਿਹੜਾ ਬੱਚਾ ਕਮਰਸਲ ਆਪਾਂ ਦੇਖਦੇ ਹਾਂ ਬਿਜ਼ਨਸ ਦੇ ਵਿੱਚ ਚਲਾ ਜਾਂਦਾ ਜਾਂ ਬੱਚਾ ਆਰਟਸ ਵਾਲਾ ਹੋਸਪਿਟੈਲਿਟੀ ਦੇ ਜਾਂ ਕੁਕਰੀ ਦੇ ਕੋਰਸਿਸ ਚਲਾ ਜਾਂਦਾ, ਨੋਨ ਮੈਡੀਕਲ ਬੱਚਾ IT 'ਚ ਚਲਾ ਜਾਂਦਾ, ਇਸ ਤੋਂ ਇਲਾਵਾ ਜੇ ਆਪਾਂ ਸਰਚ ਆਊਟ ਕਰੀਏ ਤਾਂ ਕਾਫੀ ਇਹੋ ਜਿਹੇ ਚੰਗੇ ਆਪਸ਼ਨ ਨੇ, ਚੰਗੇ ਕੋਰਸਿਸ ਹੈਗੇ, ਅਰਲੀ ਚਾਈਲਡਹੁੱਡ ਦੀ ਆਪਾਂ ਗੱਲ ਕਰੀਏ, ਕਮਿਊਨਿਟੀ ਸਰਵਿਸਿਸ ਦੀ ਗੱਲ ਕਰੀਏ, ਏਜ ਕੇਅਰ ਡਿਪਾਰਟਮੈਂਟ ਦੀ ਗੱਲ ਕਰੀਏ, ਇਹਨਾਂ 'ਚ ਕਾਫੀ ਇਹੋ ਜਿਹੇ ਕੋਰਸ ਨੇ ਜਿਨ੍ਹਾਂ ਵਿੱਚ ਕਿ ਸਕਿੱਲ ਦੀ ਬਹੁਤ ਲੋੜ ਹੁੰਦੀ ਹੈ। ਕੋਈ ਵੀ ਜਿਹੜਾ ਸਕਿੱਲਡ ਵਰਕਰ ਹੈ, ਜਿਵੇਂ ਆਪਾਂ ਗੱਲ ਕਰੀਏ ਕਿ ਜਿਹੜਾ ਹੱਥੀ ਕੰਮ ਕਰਨ ਵਾਲਾ ਬੰਦਾ, ਉਹਨੂੰ ਕਿਤੇ ਨਾ ਕਿਤੇ ਆਪਸ਼ਨਸ ਵੱਧ ਹੁੰਦੀਆਂ ਨੇ, ਜੇ ਕੋਈ ਸਕਿੱਲ ਜੋਬ ਉੱਥੇ ਕਰਦਾ, ਕੋਈ ਸਕਿੱਲ ਦੀ ਪੜ੍ਹਾਈ ਕਰਦਾ, ਤਾਂ ਉਹਨੂੰ ਕੱਲ੍ਹ ਜੋਬ ਦੇ ਵਿੱਚ ਕੋਈ ਕਿਸੇ ਤਰ੍ਹਾਂ ਦੀ ਦਿੱਕਤ ਨਹੀਂ ਆਉਂਦੀ। ਅੱਜ ਦੀ ਡੇਟ 'ਚ ਆਪਾਂ ਗੱਲ ਕਰੀਏ ਕੈਨਬਰਾ ਦੇ ਵਿੱਚ ਗੱਲ ਕਰੀਏ, ਡਾਰਵਿਨ ਦੇ ਵਿੱਚ ਗੱਲ ਕਰੀਏ, ਚੰਗੇ ਇਹੋ ਜਿਹੇ ਕਾਲਜਸ ਹੈਗੇ, ਚੰਗੇ ਇਹੋ ਜਿਹੇ ਕੋਰਸਿਸ ਹੈਗੇ ਜਿਨ੍ਹਾਂ ਦੇ ਵਿੱਚ ਤੁਹਾਨੂੰ ਡਿਪਲੋਮੇ ਤੋਂ ਬਾਅਦ ਵੀ ਵਰਕ ਪਰਮਿਟ ਦੇ ਵਿੱਚ ਕੋਈ ਇਸ਼ੂ ਨਹੀਂ, ਔਰ ਨਾਲ ਦੀ ਨਾਲ ਜਿਹੜੇ ਕੋਰਸਿਸ ਹੈਗੇ ਉਹ ਲੀਡਿੰਗ ਟੂ PR ਨੇ। ਇਹ ਨਹੀਂ ਕਿ ਤੁਹਾਨੂੰ PR ਦੇ ਲਈ ਤੁਹਾਨੂੰ 7
ਬਾਅਦ ਸਾਨੂੰ ਵਰਕ ਪਰਮਿਟ ਮਿਲ ਜਾਏਗਾ। ਸੋ ਇੱਕ ਸਾਲ ਫਾਇਦੇਮੰਦ ਰਹੇਗਾ ਜਾਂ ਫਿਰ ਦੋ ਤਿੰਨ ਸਾਲ ਦਾ ਤਾਂ ਲੈਣਾ ਹੀ ਚਾਹੀਦਾ, ਕਿੰਨੀ ਕੁ ਦੇਰ ਸਟੱਡੀ ਕਰਨ? ਮੈਮ ਜਿਹੜੇ ਬੱਚੇ ਪਲੱਸ ਟੂ ਤੋਂ ਬਾਅਦ ਡਿਪਲੋਮਾ ਲਈ ਅਪਲਾਈ ਕਰਨਾ ਚਾਹੁੰਦੇ ਨੇ, ਜੇ ਉਹ ਇੱਕ ਸਾਲ ਦਾ ਡਿਪਲੋਮਾ ਅਪਲਾਈ ਕਰਦੇ ਨੇ ਤਾਂ ਮੇਰੇ ਵੱਲੋਂ ਇਹ ਮੈਂ ਬੱਚਿਆਂ ਨੂੰ ਸ਼ੋਰਟ ਹੀ ਦੇ ਸਕਦਾ ਕਿ ਜੇਕਰ ਤੁਸੀਂ ਇੱਕ ਸਾਲ ਦੇ ਡਿਪਲੋਮਾ ਲਈ ਅਪਲਾਈ ਕਰ ਰਹੇ ਹੋ ਤੁਹਾਡਾ 110% ਵੀਜ਼ਾ ਰਿਫਿਊਜ਼ ਆਊਗਾ। ਘੱਟੋ ਘੱਟ ਤੁਹਾਡਾ ਡਿਪਲੋਮਾ 2 ਸਾਲ ਦਾ ਹੋਣਾ ਚਾਹੀਦਾ। ਉਸ ਤੋਂ ਇਲਾਵਾ ਕਈ ਬੱਚੇ ਆਪਾਂ ਦੇਖਦੇ ਹਾਂ ਜਿਹੜੇ ਬੱਚੇ ਜਿਹਨਾਂ ਨੇ ਗ੍ਰੈਜੂਏਸ਼ਨ ਕੀਤੀ ਹੋਈ ਉਹ ਪੀਜੀ ਡਿਪਲੋਮਾ ਮੰਗ ਲੈਂਦੇ ਨੇ 1 ਸਾਲ ਦਾ, ਜਾਂ ਚਾਹੁੰਦੇ ਨੇ ਸਾਨੂੰ ਗ੍ਰੈਜੂਏਸ਼ਨ ਤੋਂ ਬਾਅਦ ਤੁਸੀਂ ਡਿਪਲੋਮਾ 'ਚ ਪਾ ਦਿਓ, ਚਾਹੇ ਸਾਲ 'ਚ ਪਾ ਦਿਓ, ਚਾਹੇ 2 ਸਾਲ ਡਿਪਲੋਮਾ 'ਚ ਪਾ ਦਿਓ, ਪਰ ਉਹ ਬੱਚੇ ਕਿਤੇ ਨਾ ਕਿਤੇ ਡਿਗਰੀ ਲਈ ਇੰਟਰਸਟਡ ਨਹੀਂ ਹੁੰਦੇ ਕਿ ਅਸੀਂ ਡਿਗਰੀ ਜਾਈਏ। ਕੋਈ ਵੀ ਬੱਚਾ ਮੈਮ ਜਦੋਂ ਡਿਗਰੀ ਲਈ ਜਾਂਦਾ, ਚਾਹੇ ਉਹ ਬੈਚਲਰ ਲਈ ਜਾਂਦਾ, ਚਾਹੇ ਮਾਸਟਰਸ ਲਈ ਜਾਂਦਾ, ਆਪਾਂ ਇਗਜ਼ਾਮਪਲ ਦੇ ਯੂਨੀਵਰਸਿਟੀ ਦੀ ਜਿਹੜੀ ਫੀਸ ਹੈਗੀ ਉਹ ਸਾਲ ਦੀ $27,000 ਤੋਂ ਸਟਾਰਟ ਹੋ ਕੇ $35,000-$40,000 ਤੱਕ ਜਾਂਦੀ ਹੈ, ਔਰ ਡਿਪਲੋਮਾ ਦੀ ਫੀਸ ਜਿਹੜੀ ਹੈਗੀ $8,000-$10,000 ਤੋਂ ਸਟਾਰਟ ਹੋ ਕੇ $11,000-$12,000 ਤੱਕ ਜਾਂਦੀ ਹੈ। ਇਸ ਕਰਕੇ ਜਿਹੜਾ ਬੱਚਾ ਕਿਤੇ ਨਾ ਕਿਤੇ ਯੂਨੀਵਰਸਿਟੀ 'ਚ ਜਾ ਰਿਹਾ, ਮਾਸਟਰ ਡਿਗਰੀ ਲਈ ਜਾ ਰਿਹਾ ਜਾਂ ਬੈਚਲਰ ਡਿਗਰੀ ਲਈ ਜਾ ਰਿਹਾ, ਉਹਨਾਂ ਦਾ ਸਕਸੈਸ ਰੇਟ ਕਾਫੀ ਵਧੀਆ ਰਹਿੰਦਾ। ਅੱਛਾ, ਫੰਡਸ ਦੀ ਹੁਣ ਗੱਲ ਕੀਤੀ ਜਾਵੇ, ਕਿੰਨੇ ਕੁ ਫੰਡਸ ਆਸਟ੍ਰੇਲੀਆ ਵਾਸਤੇ ਸ਼ੋ ਕਰਦੇ? ਮੈਮ ਆਸਟ੍ਰੇਲੀਆ ਦੀ ਫੰਡਿੰਗ ਨੂੰ ਲੈ ਕੇ ਕਾਫੀ ਇਸ਼ੂ ਰਹਿੰਦਾ, ਕਿਉਂਕਿ ਕਿਤੇ ਨਾ ਕਿਤੇ ਕਈ ਬੱਚਿਆਂ ਨੂੰ ਕਿਹਾ ਜਾਂਦਾ ਕਿ ਤੁਸੀਂ ਵਿਦਾਊਟ ਫੰਡ ਵੀ ਆਸਟ੍ਰੇਲੀਆ ਅਪਲਾਈ ਕਰ ਸਕਦੇ ਹੋ, ਤੁਹਾਡੇ ਫੰਡ ਨਵੇਂ ਹੋਣ ਤੁਸੀਂ ਕੱਲ੍ਹ ਫੰਡ ਪਵਾ ਕੇ ਦਿਓ ਤਾਂ ਵੀ ਆਸਟ੍ਰੇਲੀਆ ਅਪਲਾਈ ਕਰ ਸਕਦੇ ਹੋ। ਪਰ ਆਸਟ੍ਰੇਲੀਆ ਦੀ ਯੂਨੀਵਰਸਿਟੀਜ਼ ਦੀ ਗੱਲ ਕਰੀਏ ਜਾਂ ਕਾਲਜਸ ਦੀ ਗੱਲ ਕਰੀਏ, ਜਿਹੜੇ ਲੈਵਲ 1 ਦੇ ਅੰਡਰ ਆਉਂਦੇ ਨੇ ਉਹ ਖੁਦ ਫੰਡਸ ਨੂੰ ਚੈੱਕ ਕਰਦੇ ਨੇ, ਫੰਡ ਦੀ ਅਸੈਸਮੈਂਟ ਖੁਦ ਕਰਦੇ ਨੇ, ਤੁਹਾਡੇ ਫੰਡ 2-3 ਤਰੀਕੇ ਦੇ ਚੱਲਦੇ ਨੇ। ਇੱਕ ਤਾਂ ਤੁਸੀਂ ਜੇਕਰ ਤੁਹਾਡੇ ਫੰਡ 3 ਮਹੀਨੇ ਪੁਰਾਣੇ ਨੇ, ਤੁਹਾਨੂੰ ਕੋਈ ਐਵੀਡੈਂਸ ਦੇਣ ਦੀ ਲੋੜ ਨਹੀਂ ਤੁਹਾਡੇ ਕੋਲ ਫੰਡ ਕਿੱਥੋਂ ਆਏ। ਜੇਕਰ ਤੁਸੀਂ ਨਵੇਂ ਫੰਡ ਸ਼ੋਅ ਕਰਨਾ ਚਾਹੁੰਦੇ ਹੋ, ਚਾਹੇ 1 ਦਿਨ ਪੁਰਾਣੇ ਫੰਡ ਤੁਸੀਂ ਉਹ ਵੀ ਸ਼ੋਅ ਕਰ ਸਕਦੇ ਹੋ, ਪਰ ਤੁਹਾਨੂੰ ਪ੍ਰੋਪਰ ਐਵੀਡੈਂਸ ਦੇਣੇ ਪੈਣਗੇ ਕਿ ਤੁਹਾਡੇ ਕੋਲ ਫੰਡ ਕਿੱਥੋਂ ਆਏ, ਪੈਸਾ ਕਿੱਥੋਂ ਆਇਆ, ਇਹਨਾਂ ਦਾ ਸੋਰਸ ਆਫ ਇਨਕਮ ਕੀ ਸੀ, ਆਪਾਂ ਨੂੰ ਪ੍ਰੋਪਰ ਪਰੂਫ ਦੇਣੇ ਪੈਣਗੇ। ਔਰ ਨਾਲ ਦੀ ਨਾਲ ਜੇ ਆਪਾਂ ਗੱਲ ਕਰੀਏ ਜਿਹੜੇ ਬੱਚੇ ਡਿਗਰੀ ਲਈ ਜਾਣਾ ਚਾਹੁੰਦੇ ਨੇ, ਉਹ ਬੱਚੇ ਐਜੂਕੇਸ਼ਨ ਲੋਨ ਅਪਲਾਈ ਕਰਕੇ ਐਜੂਕੇਸ਼ਨ ਲੋਨ ਦੇ ਬਿਹਾਫ ਤੇ ਵੀ ਜਾ ਸਕਦੇ ਨੇ। ਜਿਨ੍ਹਾਂ ਬੱਚਿਆਂ ਦੇ GPF ਜਾਂ PPF ਦੇ ਫੰਡ ਪਏ ਨੇ, ਉਹਨਾਂ ਕੋਲ ਜਿੰਨੀ ਵੀ ਮਨੀ ਵਿਦਡਰਾਅਲ ਅਮਾਊਂਟ ਹੈਗੀ ਹੈ ਉਹ ਨੂੰ ਕਢਵਾ ਕੇ ਜਾਂ ਆਪਣੇ ਬੈਂਕ ਅਕਾਊਂਟ 'ਚ ਪਾਉਣਗੇ, ਉਹ ਤੁਸੀਂ ਤਾਂ ਸ਼ੋਅ ਕਰ ਸਕਦੇ ਹੋ। GPF ਦੀ ਫੰਡ ਤੁਸੀਂ ਐਜ਼ ਇਟ ਇਜ਼ 75% ਦੀ ਜੇ ਆਪਾਂ ਗੱਲ ਕਰੀਏ ਉਹ ਬੇਸ਼ੱਕ ਵਿਦਡਰਾਅਲ ਅਮਾਊਂਟ ਹੈਗੀ ਆ, ਪਰ ਜੋ ਤੁਹਾਡੇ ਬੈਂਕ ਅਕਾਊਂਟ 'ਚੋਂ ਰਿਫਲੈਕਟ ਕਰੂਗੀ ਉਹ ਤੁਸੀਂ ਤਾਂ ਸ਼ੋਅ ਕਰ ਸਕਦੇ ਹੋ। ਜੇਕਰ ਤੁਹਾਡੇ ਫਾਦਰ ਮਦਰ ਦੇ ਸੋਰਸ ਆਫ ਇਨਕਮ ਚੰਗੇ ਹੈਗੇ ਨੇ, ਤੁਸੀਂ 15-20 ਲੱਖ ਦੀ ਈਅਰਲੀ ਰਿਟਰਨ ਭਰ ਰਹੇ ਹੋ, ਤਾਂ ਤੁਸੀਂ ਵਿਦਾਊਟ ਫੰਡ ਅਪਲਾਈ ਕਰ ਸਕਦੇ ਹੋ। ਪਰ ਉਦੋਂ ਵੀ ਤੁਹਾਨੂੰ ਉਹਦੇ ਵਿੱਚ ਤੁਹਾਨੂੰ ITR ਦਾ ਪ੍ਰੋਪਰ ਵੇਰਵਾ ਦੇਣਾ ਪਊਗਾ, ਪ੍ਰੋਪਰ ਜਦੋਂ ਯੂਨੀਵਰਸਿਟੀ ਚੈੱਕ ਕਰੂਗੀ, ਯੂਨੀਵਰਸਿਟੀ ਅਸੈਸਮੈਂਟ ਕਰੂਗੀ GT ਦੀ, ਉਸ ਬਿਹਾਫ ਤੇ ਤੁਸੀਂ ਜਾ ਸਕਦੇ ਹੋ। ਆਸਟ੍ਰੇਲੀਆ ਬਿਨਾਂ ਫੰਡ ਤੋਂ ਕਿਸੇ ਵੀ ਬੱਚੇ ਦਾ ਕਦੇ ਵੀ ਵੀਜ਼ਾ ਨਹੀਂ ਆਉਂਦਾ, ਕਿਉਂਕਿ ਤੁਸੀਂ ਕਿਸੇ ਕੰਟਰੀ ਪੜ੍ਹਨ ਜਾ ਰਹੇ ਹੋ, ਤੁਹਾਨੂੰ ਉੱਥੇ ਅਗਲੇ ਸਾਲ ਦੀ ਫੀਸ ਵੀ ਸ਼ੋਅ ਕਰਨੀ ਪਊਗੀ, ਤੁਹਾਨੂੰ ਲਿਵਿੰਗ ਐਕਸਪੈਂਸ ਵੀ ਦਿਖਾਉਣੇ ਪੈਣਗੇ, ਤੁਹਾਨੂੰ ਆਉਣ ਜਾਣ ਦੇ ਖਰਚੇ ਵੀ ਦਿਖਾਉਣੇ ਪੈਣਗੇ। ਇਸ ਕਰਕੇ ਵਿਦਾਊਟ ਫੰਡ ਆਸਟ੍ਰੇਲੀਆ ਦਾ ਵੀਜ਼ਾ ਕਦੇ ਵੀ ਪੋਸੀਬਲ ਨਹੀਂ ਹੁੰਦਾ। ਬਿਲਕੁਲ ਜੀ। ਅੱਛਾ, ਫੰਡ ਦੀ ਗੱਲ ਹੋ ਰਹੀ, ਫੰਡ ਥਰਡ ਪਾਰਟੀ ਫੰਡ ਚੱਲ ਸਕਦੇ ਨੇ? ਕਈ ਵਾਰੀ ਕਿਹਾ ਜਾਂਦਾ ਕੋਈ ਰਿਲੇਟਿਵ ਹੈਗਾ, ਚਲੋ ਜੀ ਦਾਦਾ ਨਾਨਾ ਉਹਨਾਂ ਦੇ ਅਸੀਂ ਸ਼ੋਅ ਕਰ ਦਿੰਦੇ ਹਾਂ। ਮੈਮ ਆਸਟ੍ਰੇਲੀਅਨ ਗਵਰਨਮੈਂਟ ਦੀ ਜਿਹੜੀ ਵੈਬਸਾਈਟ ਹੈ ਉੱਤੇ ਸਾਫ਼ ਸਾਫ਼ ਮੈਨਸ਼ਨ ਹੈ ਕਿ ਤੁਹਾਡੇ ਸਿਰਫ ਔਰ ਸਿਰਫ ਬਲੱਡ ਰਿਲੇਸ਼ਨ ਦੇ ਵਿੱਚ ਤੁਸੀਂ ਫੰਡ ਸ਼ੋਅ ਕਰ ਸਕਦੇ ਹੋ, ਜਿਹਦੇ ਵਿੱਚ ਕਿ ਬੱਚੇ ਦੇ ਦਾਦਾ ਦਾਦੀ, ਨਾਨਾ ਨਾਨੀ ਜਾਂ ਮਦਰ ਫਾਦਰ ਜਾਂ ਬ੍ਰਦਰ ਸਿਸਟਰ ਆਉਂਦੇ ਨੇ। ਇਸ ਤੋਂ ਇਲਾਵਾ ਜੇ ਆਪਾਂ ਗੱਲ ਕਰੀਏ ਉਹਨਾਂ ਦੇ ਕਿਸੇ ਮਾਮੇ ਦੇ ਜਾਂ ਚਾਚੇ ਦੇ, ਜੇ ਆਪਾਂ ਫੰਡ ਸ਼ੋਅ ਦੀ ਗੱਲ ਕਰੀਏ, ਥਰਡ ਪਾਰਟੀ ਵਿੱਚ ਵੱਧ ਤੋਂ ਵੱਧ ਤੁਸੀਂ ਸਿਰਫ 10% ਅਮਾਊਂਟ ਸ਼ੋਅ ਕਰਵਾ ਸਕਦੇ ਹੋ। ਫੋਰ ਐਗਜ਼ਾਮਪਲ ਜੇ ਆਪਾਂ ਨੂੰ ਕਿਸੇ ਕੇਸ ਲਈ 30 ਲੱਖ ਦੇ ਫੰਡ ਚਾਹੀਦੇ, ਤੁਸੀਂ ਸਿਰਫ 2-3 ਲੱਖ ਤੁਸੀਂ ਅਰੇਂਜ ਕਰਾ ਸਕਦੇ ਹੋ ਜਿਹੜੇ ਥਰਡ ਪਾਰਟੀ ਦੇ ਨੇ, ਕਿਉਂਕਿ ਕਿਤੇ ਨਾ ਕਿਤੇ ਬੱਚੇ ਦੇ ਮਾਂ ਬਾਪ ਕੋਲ ਦੇਖਿਆ ਜਾਂਦਾ ਕਿ ਇਹਨਾਂ ਕੋਲ ਆਪਣੇ ਬੱਚੇ ਨੂੰ ਪੜ੍ਹਾਉਣ ਦੇ ਲਈ ਪੈਸੇ ਹੈਗੇ ਕਿ ਨਹੀਂ ਹੈਗੇ, ਜੇ ਕਿਸੇ ਅਲੱਗ ਕੰਟਰੀ ਭੇਜਣ ਲਈ ਬਾਹਰ ਭੇਜ ਰਹੇ ਨੇ, ਜਿਹਨਾਂ ਕੋਲ ਇੰਨੀ ਫੰਡਿੰਗ ਨਹੀਂ ਹੈਗੀ, ਕਿਸੇ ਕੋਲੋਂ ਮੰਗ ਕੇ ਫੰਡ ਸ਼ੋਅ ਕਰ ਰਹੇ ਨਾ, ਇਟ ਮੀਨਸ ਕਿ ਇਹਨਾਂ ਕੋਲ ਫੰਡ ਨਹੀਂ ਹੈਗੇ, ਇਹਨਾਂ ਨੇ ਸਿਰਫ ਬੱਚਾ ਭੇਜਣਾ, ਬੱਚੇ ਨੇ ਜਾ ਕੇ ਕੰਮ ਕਾਰ ਕਰਨਾ, ਬੱਚੇ ਦਾ ਜਿਹੜਾ ਮੋਟਿਵ ਹੋਊਗਾ ਸੈਟਲ ਹੋਣਾ ਹੋਗਾ, ਪੜ੍ਹਾਈ ਕਰਨਾ ਨਹੀਂ ਹੋਗਾ। ਔਰ ਜਦੋਂ ਕਿਸੇ ਕੰਟਰੀ 'ਚ ਇਹ ਚੀਜ਼ ਕਲੀਅਰ ਹੁੰਦੀ ਹੈ ਕਿ ਬੱਚੇ ਦਾ ਮੋਟਿਵ ਪੜ੍ਹਾਈ ਕਰਨਾ ਨਹੀਂ ਹੈਗਾ, ਤਾਂ ਵੀਜ਼ੇ ਜਿਹੜੇ ਰਿਜੈਕਸ਼ਨ ਚਾਂਸਿਸ ਨੇ ਉਹ ਆਲਮੋਸਟ 100% ਹੁੰਦੇ ਨੇ। ਜੇ ਤੁਸੀਂ ਚਾਹੁੰਦੇ ਹੋ ਕਿ ਤੁਸੀਂ ਵੀਜ਼ਾ ਲੈਣਾ, ਉੱਥੇ ਜਾ ਕੇ ਪੜ੍ਹਾਈ ਕਰਨੀ ਹੈ, ਤੁਹਾਨੂੰ ਪ੍ਰੋਪਰ ਸ਼ੋਅ ਕਰਨਾ ਕਿ ਤੁਸੀਂ ਪੜ੍ਹਨ ਦੇ ਲਈ ਜਾ ਰਹੇ ਹੋ, ਤਾਂ ਫੰਡ ਹਮੇਸ਼ਾ ਜੈਨੂਇਨ ਹੋਣ, ਤੁਹਾਡੇ ਆਪਣੇ ਪੇਰੈਂਟਸ ਦੇ ਅਕਾਊਂਟ 'ਚ ਹੋਣ ਜਾਂ ਤੁਹਾਡੇ ਅਕਾਊਂਟ 'ਚ ਹੋਣ ਤਾਂ ਕਾਫੀ ਵਧੀਆ ਗੱਲ ਹੈ। ਬਿਲਕੁਲ ਜੀ। ਅੱਛਾ, ਆਸਟ੍ਰੇਲੀਆ ਦੀ ਹੁਣ ਇਨਟੇਕ ਕਿਹੜਾ ਅਵੇਲੇਬਲ ਰਹੇਗਾ ਸਟੂਡੈਂਟਸ? ਮੈਮ ਜਿਹੜੇ ਬੱਚੇ ਆਸਟ੍ਰੇਲੀਆ ਡਿਪਲੋਮਾ ਦੇ ਲਈ ਜਾਣਾ ਚਾਹੁੰਦੇ ਨੇ, ਚਾਹੇ ਉਹ 6 ਬੈਂਡ ਵਾਲੇ ਨੇ, 2018-19 ਪਾਸ ਆਊਟ ਨੇ, ਉਹਨਾਂ ਦੇ ਲਈ ਤਕਰੀਬਨ ਹਰ ਮੰਥ ਇਨਟੇਕ ਨੇ ਲੈਵਲ 1 ਦੇ ਕਾਲਜਸ ਵਿੱਚ ਅਵੇਲੇਬਲ ਹੈਗੇ ਨੇ ਇਨਟੇਕ, ਔਰ ਚੰਗੇ ਕੋਰਸਿਸ ਦੇ ਵਿੱਚ ਅਵੇਲੇਬਲ ਨੇ। ਜਿਹੜੇ ਬੱਚੇ ਯੂਨੀਵਰਸਿਟੀ ਪੜ੍ਹਾਈ ਕਰਨ ਦੇ ਲਈ ਜਾਣਾ ਚਾਹੁੰਦੇ ਨੇ, ਨਵੰਬਰ ਇਨਟੇਕ ਜਿਹੜਾ ਕਾਫੀ ਸ਼ਾਰਟ ਇਨਟੇਕ ਹੁੰਦਾ, ਕਿਉਂਕਿ ਅਕਤੂਬਰ ਨਵੰਬਰ ਇਨਟੇਕ ਹੁੰਦਾ, ਅਕਤੂਬਰ ਮੇਨ ਇਨਟੇਕ ਹੈ, ਨਵੰਬਰ ਦੇ ਵਿੱਚ ਕਾਫੀ ਸ਼ਾਰਟ ਸੀਗਾ, ਹੁਣ ਆਪਾਂ ਫਰਵਰੀ ਇਨਟੇਕ ਆਪਣੇ ਕੋਲ ਨੈਕਸਟ ਹੈਗਾ। ਜਿਹੜਾ ਬੱਚਾ ਯੂਨੀਵਰਸਿਟੀ ਲਈ ਅਪਲਾਈ ਕਰਨਾ ਚਾਹੁੰਦਾ, ਪਰ ਇਹ ਨਹੀਂ ਕਿ ਫਰਵਰੀ 'ਚ ਅਜੇ 2-3 ਮਹੀਨੇ ਪਏ ਨੇ, ਤੁਸੀਂ ਸੋਚੋ ਕਿ ਆਪਾਂ ਫਰਵਰੀ ਦੇ ਵਿੱਚ ਜਨਵਰੀ ਅਪਲਾਈ ਕਰਾਂਗੇ। ਤੁਸੀਂ ਜੇਕਰ ਫਰਵਰੀ ਇਨਟੇਕ ਅਪਲਾਈ ਕਰਨਾ ਚਾਹੁੰਦੇ ਹੋ ਯੂਨੀਵਰਸਿਟੀ ਦੇ ਵਿੱਚ, ਤਾਂ ਅੱਜ ਹੀ ਆਪਣੀ
ਜਿਵੇਂ ਪ੍ਰੋਪਰ ਪ੍ਰੋਸੀਜਰ ਦੀ ਕਿੰਨੀ ਕੁ ਦੇਰ ਦਾ ਪ੍ਰੋਪਰ ਪ੍ਰੋਸੀਜਰ ਆਸਟ੍ਰੇਲੀਆ ਦਾ ਰਹੇਗਾ, ਆਫਰ ਲੈਟਰ ਕਿੰਨੀ ਦੇਰ 'ਚ ਆ ਜਾਏਗੀ, ਵੀਜ਼ਾ ਕਿੰਨੀ ਕੁ ਦੇਰ 'ਚ? ਆਸਟ੍ਰੇਲੀਆ ਦੇ ਪ੍ਰੋਪਰ ਪ੍ਰੋਸੀਜਰ ਜੇ ਆਪਾਂ ਗੱਲ ਕਰੀਏ, ਇੱਕ ਤੋਂ ਲੈ ਕੇ 3 ਮੰਥ ਦਾ ਪ੍ਰੋਸੀਜਰ ਵੀ ਹੋ ਜਾਂਦਾ ਕਿਵੇਂ, ਪਰ ਮੈਕਸੀਮਮ ਜੇ ਆਪਾਂ ਗੱਲ ਕਰੀਏ ਕਾਲਜ ਕੋਈ ਬੱਚਾ ਅਪਲਾਈ ਕਰਨਾ ਚਾਹੁੰਦਾ, ਤੁਸੀਂ ਅੱਜ ਸਾਨੂੰ ਡਾਕੂਮੈਂਟ ਦਿੰਦੇ ਹੋ, ਅਨਰੋਲਮੈਂਟ ਕਰਾ ਕੇ ਜਾਂਦੇ, ਵਿਦਇਨ 3 ਤੋਂ 4 ਡੇਜ਼ ਬੱਚੇ ਦਾ ਆਫਰ ਲੈਟਰ ਆ ਜਾਂਦਾ, ਉਸ ਤੋਂ ਬਾਅਦ ਬੱਚੇ ਦੀ ਫੀਸ ਪੇ ਕਰਕੇ ਬੱਚੇ ਦੀ COE ਆ ਜਾਂਦੀ, ਆਫਟਰ COE ਤੁਸੀਂ ਫਾਈਲ ਜਿਹੜੀ ਹੈਗੀ ਲੌਂਚ ਕਰ ਸਕਦੇ ਹੋ। ਕਾਲਜ ਦਾ ਪ੍ਰੋਸੈਸ ਕਾਫੀ ਸ਼ਾਰਟ ਰਹਿੰਦਾ, ਪਰ ਕਿਤੇ ਨਾ ਕਿਤੇ ਜਿਹੜਾ ਯੂਨੀਵਰਸਿਟੀ ਦਾ ਆਫਰ ਲੈਟਰ ਉਹਨੂੰ 15 ਤੋਂ 20 ਦਿਨ ਅੱਜ ਦੀ ਡੇਟ ਦੇ ਵਿੱਚ ਲੱਗ ਰਹੇ ਨੇ, ਬਿਕੋਜ਼ ਆਫ ਯੂਨੀਵਰਸਿਟੀ GT ਜਿਹੜੀ ਸਟੇਟ GT ਕਾਫੀ ਅੱਜ ਕੱਲ੍ਹ ਕਲੀਅਰ ਕਰ ਰਹੇ ਨੇ, ਯੂਨੀਵਰਸਿਟੀ GT ਦੇ ਉੱਤੇ ਬਹੁਤ ਜ਼ੋਰ ਲਗਾ ਰਹੇ ਨੇ, ਬੱਚਿਆਂ ਦੇ ਇੰਟਰਵਿਊਜ਼ ਵੀ ਆ ਰਹੇ ਨੇ, ਅਸੀਂ ਪ੍ਰੋਪਰ ਬੱਚਿਆਂ ਦੀ ਤਿਆਰੀ ਕਰਵਾ ਕੇ ਇੰਟਰਵਿਊ ਕਰਵਾਵਾਂਗੇ, 15 ਤੋਂ 20 ਦਿਨ ਬੱਚੇ ਦੇ ਆਫਰ ਲੈਟਰ ਲੱਗਦੇ ਨੇ, ਉਸ ਤੋਂ ਬਾਅਦ ਬੱਚੇ ਦੀ ਫੀਸ ਜਮ੍ਹਾਂ ਕਰਵਾ ਕੇ ਫੰਡ ਸ਼ੋਅ ਕਰਵਾ ਕੇ ਬੱਚੇ ਦੇ 1 ਤੋਂ 2 ਮੰਥ ਦੇ ਟੋਟਲ ਪ੍ਰੋਸੈਸ ਵਿੱਚ ਤੁਸੀਂ ਆਸਟ੍ਰੇਲੀਆ ਜਾ ਸਕਦੇ ਹੋ। ਹਾਂ ਸੋ, ਜਾਂਦੇ ਜਾਂਦੇ ਕੋਈ ਮੈਸੇਜ ਜਿਹੜਾ ਸਾਡੇ ਸਟੂਡੈਂਟਸ ਦੇ ਨਾਲ ਸ਼ੇਅਰ ਕਰਨਾ? ਮੈਮ, ਜਾਂਦੇ ਜਾਂਦੇ ਖਾਸ ਮੈਸੇਜ ਇਹੀ ਹੈ ਕਿ ਜਿਹੜੇ ਬੱਚੇ ਚਾਹੇ ਉਹ ਕਿਸੇ ਕੰਟਰੀ ਤੋਂ ਰਿਫਿਊਜ਼ ਨੇ ਜਾਂ ਉਹਨਾਂ ਦਾ ਗੈਪ ਪੈ ਚੁੱਕਿਆ, ਸਟੱਡੀ ਦੇ ਵਿੱਚ ਨੰਬਰ ਘੱਟ ਨੇ, ਆਇਲਸ ਨਹੀਂ ਕੀਤੀ ਹੋਈ, ਤੁਹਾਡੇ ਇੰਗਲਿਸ਼ ਦੇ ਵਿੱਚ ਪਲੱਸ ਟੂ ਇੰਗਲਿਸ਼ ਸਬਜੈਕਟ ਦੇ ਵਿੱਚ 60% ਨੰਬਰ ਹੈਗੇ ਨੇ, ਤਾਂ ਤੁਸੀਂ ਈਜ਼ਲੀ UK ਅਪਲਾਈ ਕਰ ਸਕਦੇ। ਇੱਕ ਗੋਲਡਨ ਟਾਈਮ ਹੈ ਉਹਨਾਂ ਸਟੂਡੈਂਟ ਦੇ ਲਈ ਜਿਹੜੇ ਸੋਚ ਰਹੇ ਸੀ ਕਿ ਸਾਡਾ 2-3 ਕੰਟਰੀ ਤੋਂ ਰਿਫਿਊਜ਼ ਹੋ ਗਿਆ, ਅਸੀਂ ਸਿੰਗਾਪੁਰ ਚਲੇ ਜਾਈਏ ਜਾਂ ਸਾਈਪ੍ਰਸ ਚਲੇ ਜਾਈਏ, ਜਿੱਥੇ ਤੁਸੀਂ 4-5 ਲੱਖ ਰੁਪਇਆ ਲਾ ਕੇ ਸਾਈਪ੍ਰਸ ਜਾਣਾ, ਉੱਥੇ ਤੁਹਾਡੇ ਕੋਲ ਇੱਕ ਚੰਗੀ ਆਪਸ਼ਨ ਅੱਜ ਦੀ ਡੇਟ ਦੇ ਵਿੱਚ। UK ਦੀ ਜਿਹੜੀ ਯੂਨੀਵਰਸਿਟੀ ਦੀ ਫੀਸਿਸ ਨੇ ਉਹ 3 ਤੋਂ 4 ਲੱਖ ਤੋਂ ਸਟਾਰਟ ਹੋ ਜਾਂਦੀਆਂ ਨੇ, ਤੁਸੀਂ ਇੱਕ 10 ਲੱਖ ਤੋਂ ਘੱਟ ਖਰਚੇ ਦੇ ਵਿੱਚ UK ਸਟੱਡੀ ਕਰਨ ਦੇ ਲਈ ਜਾ ਸਕਦੇ ਹੋ, ਕਿ ਚੰਗਾ ਸਮਾਂ ਹੈ, ਇੱਕ ਚੰਗਾ ਆਪਸ਼ਨ ਹੈ। ਤੁਸੀਂ ਅੱਜ ਹੀ ਅਪਲਾਈ ਕਰੋ, ਜਨਵਰੀ ਇਨਟੇਕ ਕਾਫੀ ਨੇੜੇ ਹੈ, ਅੱਜ ਅਪਲਾਈ ਕਰੋਗੇ ਤਾਂ ਤੁਸੀਂ 1 ਤੋਂ 1.5 ਮੰਥ ਦਾ ਤੁਹਾਡਾ ਟੋਟਲ ਪ੍ਰੋਸੈਸ ਹੈ, ਤੁਸੀਂ ਜਨਵਰੀ ਇਨਟੇਕ ਲਈ UK ਪੜ੍ਹਨ ਲਈ ਜਾ ਸਕਦੇ ਹੋ। ਜ਼ਿਆਦਾ ਜਾਣਕਾਰੀ ਲਈ ਸਾਡੇ ਨੰਬਰ ਨੀਚੇ ਚੱਲ ਰਹੇ, ਤੁਸੀਂ ਕਾਲ ਕਰਕੇ ਵੀ ਜਾਣਕਾਰੀ ਲੈ ਸਕਦੇ ਹੋ। ਬਿਲਕੁਲ ਜੀ, ਸੋ ਨੰਬਰ ਲਗਾਤਾਰ ਐਜੂਕੇਸ਼ਨ ਅਬਰਾਡ ਦੇ ਫਲੈਸ਼ ਹੋ ਰਹੇ ਨੇ, ਮੋਹਾਲੀ ਦੇ ਵਿੱਚ ਆਫਿਸ ਹੈਗਾ, ਇਹਨਾਂ ਨੰਬਰਸ ਨੂੰ ਨੋਟ ਕਰ ਲਓ ਜੀ, ਪ੍ਰੋਪਰ ਡਾਕੂਮੈਂਟਸ ਲੈ ਕੇ ਆਪਣੇ ਪੇਰੈਂਟਸ ਨੂੰ ਲੈ ਕੇ ਆਫਿਸ ਦੇ ਵਿੱਚ ਤੁਸੀਂ ਵਿਜ਼ਿਟ ਕਰ ਸਕਦੇ ਹੋ। ਪ੍ਰੋਪਰ ਲੱਗੇ ਹੋਏ ਵੀਜ਼ੇ ਦੇਖੋ, ਵੀਜ਼ਾ ਸਕਸੈਸ ਰੇਟ ਦੇਖੋ, ਪ੍ਰੋਪਰ ਇਨਕੁਆਇਰੀ ਕਰਨ ਤੋਂ ਬਾਅਦ ਹੀ ਤੁਸੀਂ ਆਪਣਾ ਵੀਜ਼ਾ ਜਿਹੜਾ ਉਹ ਅਪਲਾਈ ਕਰੋ। ਸੋ ਥੈਂਕ ਯੂ ਸੋ ਮਚ। ਸੋ ਜਾਂਦੇ ਜਾਂਦੇ ਉਹਨਾਂ ਸਟੂਡੈਂਟਸ ਦੇ ਨਾਲ ਮਿਲਵਾ ਦਿੰਦੇ ਹਾਂ ਜੀ, ਜਿਨ੍ਹਾਂ ਦੇ ਰੀਸੈਂਟਲੀ ਵੀਜ਼ੇ ਆਏ ਨੇ ਐਜੂਕੇਸ਼ਨ ਅਬਰਾਡ ਦੇ ਥਰੂ। ਸਤਿ ਸ਼੍ਰੀ ਅਕਾਲ ਜੀ, ਮੇਰਾ ਨਾਮ ਰਮਨਦੀਪ ਕੌਰ ਹੈ, ਮੈਂ ਪਿੰਡ ਘੁੰਮਣ ਕਲਾਂ ਡਿਸਟ੍ਰਿਕਟ ਬਠਿੰਡਾ ਤੋਂ ਬਿਲੋਂਗ ਕਰਦੀ ਹਾਂ। ਮੈਂ 2018 ਵਿੱਚ BA ਕੀਤੀ ਸੀ ਅਤੇ ਬਾਅਦ ਵਿੱਚ ਮੈਨੇ ਯੂਨੀਵਰਸਿਟੀ ਆਫ ਗ੍ਰੈਨਿਚ ਅਪਲਾਈ ਆਪਣਾ MBA ਕੋਰਸ ਅਪਲਾਈ ਕੀਤਾ। ਮੈਨੇ ਆਪਣਾ ਵੀਜ਼ਾ ਐਜੂਕੇਸ਼ਨ ਅਬਰਾਡ ਕੰਸਲਟੈਂਟ ਤੋਂ ਅਪਲਾਈ ਕੀਤਾ ਅਤੇ ਇਹਨਾਂ ਨੇ ਮੇਰਾ 8 ਦਿਨਾਂ ਵਿੱਚ ਮੇਰਾ ਵੀਜ਼ਾ ਮੰਗਵਾ ਦਿੱਤਾ। ਮੈਂ ਤੁਹਾਨੂੰ ਸਭ ਨੂੰ ਇਹੀ ਕਹਿਣਾ ਚਾਹਾਂਗੀ, ਜੇ ਤਾਂ ਤੁਸੀਂ ਆਪਣਾ UK ਸਟੱਡੀ ਵੀਜ਼ਾ ਅਪਲਾਈ ਕਰਨਾ ਹੋਵੇ ਤਾਂ ਤੁਸੀਂ ਇਹਨਾਂ ਕੋਲ ਆ ਸਕਦੇ ਹੋ ਅਤੇ ਆਪਣਾ ਵੀਜ਼ਾ ਮੰਗਵਾ ਸਕਦੇ ਹੋ। ਸਤਿ ਸ਼੍ਰੀ ਅਕਾਲ ਜੀ, ਮੇਰਾ ਨਾਮ ਨਿਤਿਸ਼ ਗੋਇਲ ਹੈ, ਮੈਂ ਪਟਿਆਲੇ ਤੋਂ ਬਿਲੋਂਗ ਕਰਦਾ। ਅੱਜ ਮੇਰਾ UK ਦਾ ਵੀਜ਼ਾ ਆ ਚੁੱਕਿਆ ਵਿਦਆਊਟ ਆਇਲਸ। ਅਗਰ ਮੈਂ ਆਪਣੀ ਐਜੂਕੇਸ਼ਨ ਦੀ ਗੱਲ ਕਰਾਂ ਤਾਂ ਮੇਰੇ 2014 'ਚ ਮੇਰਾ 10th ਪਾਸ ਆਊਟ ਹੈ, 1 ਸਾਲ ਦਾ ਗੈਪ, ਉਸ ਤੋਂ ਬਾਅਦ ਮੈਂ 2 ਸਾਲ ਦੀ ITI ਕੀਤੀ ਹੈ, ਦੈਨ ਮੇਰਾ 1 ਸਾਲ ਦਾ ਫੇਰ ਗੈਪ ਹੈ। ਫਿਰ ਮੈਂ 2019 ਵਿੱਚ ਓਪਨ ਬੋਰਡ ਤੋਂ +2 ਕੀਤੀ, ਜਿਹਦੇ ਵਿੱਚ ਮੇਰੇ 60% ਆਏ, ਔਰ ਮੈਂ ਐਜੂਕੇਸ਼ਨ ਅਬਰੋਡ ਕੰਸਲਟੈਂਟ ਕੋਲ ਆਇਆ ਅਤੇ ਉਹਨਾਂ ਨੇ ਮੇਰਾ ਵੀਜ਼ਾ ਲਵਾ ਕੇ ਦਿੱਤਾ ਵਿਦਆਊਟ ਆਇਲਸ, ਅਤੇ ਇਹਨਾਂ ਦੀ ਗਾਈਡੈਂਸ ਬਹੁਤ ਵਧੀਆ। ਮੈਂ ਸਾਰਿਆਂ ਨੂੰ ਰੈਕਮੈਂਡ ਕਰਦਾ ਇੱਕ ਵਾਰੀ ਜ਼ਰੂਰ ਆਉਣ, ਅਤੇ ਜਤਿੰਦਰ ਸਰ ਅਤੇ ਉਹਨਾਂ ਦੀ ਟੀਮ ਦਾ ਮੈਂ ਸਾਰਿਆਂ ਦਾ ਥੈਂਕਫੁਲ ਕਰਦਾ ਬਹੁਤ ਬਹੁਤ, ਔਰ ਸਾਰਿਆਂ ਨੂੰ ਰਿਕਮੈਂਡ ਕਰਦਾ ਇੱਕ ਵਾਰੀ ਜ਼ਰੂਰ ਆ ਕੇ ਉਰੇ ਆਪਣਾ ਵੀਜ਼ਾ ਲਵਾਉਣ। ਥੈਂਕ ਯੂ। ਸਤਿ ਸ਼੍ਰੀ ਅਕਾਲ ਜੀ, ਮੇਰਾ ਨਾਮ ਹਰਮਨਪ੍ਰੀਤ ਕੌਰ ਹੈ, ਮੈਂ BTECH ਕੀਤੀ ਹੈ ਇਹ ਗਲੋਬਲ ਇੰਸਟੀਟਿਊਟ ਤੋਂ। 2015 ਵਿੱਚ ਮੇਰਾ 4 ਸਾਲ ਦਾ ਗੈਪ ਹੈ। ਅੱਜ ਮੈਂ UK ਦਾ ਵੀਜ਼ਾ ਪਾਇਆ ਹੈ, ਇਹ ਸਾਰਾ ਕੁਛ ਜਤਿੰਦਰ ਸਰ ਦੇ ਕਰਕੇ ਹੋਇਆ, ਜਿਨ੍ਹਾਂ ਨੇ ਮੈਨੂੰ ਬਹੁਤ ਵਧੀਆ ਗਾਈਡੈਂਸ ਦਿੱਤੀ ਅਤੇ ਅੱਜ ਫਾਈਨਲੀ ਮੈਂ UK ਦਾ ਵੀਜ਼ਾ ਪਾਇਆ ਹੈ। ਮੁਕਤਸਰ ਸਾਹਿਬ ਤੋਂ ਬਿਲੋਂਗ ਕਰਦੀ ਹਾਂ, ਮੇਰਾ ਐਜੂਕੇਸ਼ਨ ਅਬਰਾਡ ਕੰਸਲਟੈਂਟਸ Sector 70 ਮੋਹਾਲੀ ਤੋਂ ਆਸਟ੍ਰੇਲੀਆ ਦਾ ਵੀਜ਼ਾ ਆਇਆ ਹੈ ਅਤੇ ਮੈਂ ਬਹੁਤ ਖੁਸ਼ ਹਾਂ। ਅਤੇ ਮੇਰੀ ਐਜੂਕੇਸ਼ਨ ਕੁਆਲੀਫਿਕੇਸ਼ਨ ਹੈ ਕਿ ਮੈਂ +2 ਪਾਸ ਕੀਤੀ ਹੋਈ ਹੈ 2017 ਵਿੱਚ ਆਰਟਸ ਸਟ੍ਰੀਮ ਦੇ ਨਾਲ, ਅਤੇ ਮੇਰਾ 2 ਸਾਲ ਦਾ ਗੈਪ ਸੀ। ਮੇਰਾ ਵੀਜ਼ਾ KTU ਲਰਨਿੰਗ ਕਾਲਜ ਸਿਡਨੀ ਤੋਂ ਆਇਆ ਹੈ ਜੁਲਾਈ ਇਨਟੇਕ ਲਈ। ਸੋ ਮੈਂ ਸਭ ਨੂੰ ਰਿਕੁਐਸਟ ਕਰਦੀ ਹਾਂ ਕਿ ਜੋ ਲੋਕ ਕਹਿੰਦੇ ਹਨ ਕਿ ਆਸਟ੍ਰੇਲੀਆ ਦੇ ਡਿਪਲੋਮਾ ਵਿੱਚ ਵੀਜ਼ਾ ਨਹੀਂ ਆ ਰਹੇ, ਤਾਂ ਇੱਕ ਵਾਰ ਆ ਕੇ ਇਸ ਕੰਪਨੀ ਵਿੱਚ ਜ਼ਰੂਰ ਵਿਜ਼ਿਟ ਕਰਨ। ਅਤੇ ਇੱਥੋਂ ਦੇ MD ਸਰ ਬਹੁਤ ਹੀ ਵਧੀਆ ਨੇ, ਮੈਨੂੰ ਇੱਥੋਂ ਤੋਂ ਆਪਣੀ ਫਾਈਲ ਲਵਾ ਕੇ ਬਹੁਤ ਖੁਸ਼ੀ ਹੋ ਰਹੀ ਹੈ। ਸਾਨੂੰ ਜਤਿੰਦਰ ਸਰ ਨੇ ਬਹੁਤ ਵਧੀਆ ਗਾਈਡ ਕੀਤਾ, ਬਹੁਤ ਵਧੀਆ ਸਾਨੂੰ ਲੱਗਿਆ ਸਾਡਾ ਵੀਜ਼ਾ ਆ ਗਿਆ। ਸਾਨੂੰ 1.5 ਸਾਲ ਤੋਂ ਅਸੀਂ ਪਹਿਲਾਂ ਬਹੁਤ ਗਏ ਏਜੰਟਾਂ ਕੋਲ, ਲੇਕਿਨ ਸਾਡੀ ਕੋਈ ਗੱਲਬਾਤ ਨਹੀਂ ਬਣੀ, ਪਰ ਹੁਣ ਅਸੀਂ ਬਹੁਤ ਖੁਸ਼ ਹਾਂ ਸਾਡਾ ਵੀਜ਼ਾ ਆ ਗਿਆ। ਜੀ, ਸਤਿ ਸ਼੍ਰੀ ਅਕਾਲ ਜੀ, ਮੈਂ ਪ੍ਰਭਜੋਤ ਸਿੰਘ ਹਾਬੜੀ ਤੋਂ, ਅਤੇ ਅੱਜ ਮੈਂ ਬਹੁਤ ਹੀ ਜ਼ਿਆਦਾ ਖੁਸ਼ ਹਾਂ ਕਿਉਂਕਿ ਮੇਰਾ ਕੈਨੇਡਾ ਦਾ ਵੀਜ਼ਾ ਆ ਚੁੱਕਿਆ ਜੀ। ਮੈਂ +2 ਜੀ 2018 'ਚ ਕੀਤੀ ਸੀ, ਜਿਹਦੇ 'ਚ ਮੇਰੇ 75% ਸੀ, ਉਹ ਵੀ ਆਰਟਸ 'ਚੋਂ, ਐਂਡ ਉਦੋਂ ਬਾਅਦ ਜੀ ਮੇਰੇ 6 ਬੈਂਡ ਆ, ਅਤੇ ਫਿਰ ਮੈਂ ਆਪਣੀ ਫਾਈਲਿੰਗ ਐਜੂਕੇਸ਼ਨ ਅਬਰੋਡ ਵਾਲਿਆਂ ਤੋਂ ਕਰਾਈ ਆ ਜੇ, ਅਤੇ ਐਂਡ ਹੁਣ ਮੈਨੂੰ ਕੈਨੇਡਾ 'ਚ ਓਨਟਾਰੀਓ 'ਚ ਸੈਂਟੈਨੀਅਲ ਕਾਲਜ ਮਿਲ ਚੁੱਕਿਆ। ਤੁਸੀਂ ਵੀ ਆਪਣੀ ਫਾਈਲਿੰਗ ਇੱਥੋਂ ਹੀ ਕਰਾਓ, ਐਂਡ ਮੇਰੇ ਬ੍ਰਦਰ ਦੀ ਫਾਈਲਿੰਗ ਵੀ ਅਸੀਂ ਇੱਥੋਂ ਹੀ ਕਰਾਈ ਸੀ,
जो भी थोड़ा वीज़ा आऊगा या नहीं सही दस दस दिता जाऊगा एंड तुसी कितों का भी अप्लाई करना चाहते हो चाहे आस्ट्रेलिया चाहे कैनेडा सो तुसी इत्थे विजिट करो एंड इतों की फीस बहुत ही ज़्यादा जायज़ आ। सत श्री अकाल सारिआं नूं, मेरा नाम है नवदीप कौर। मेरा आस्ट्रेलिया का वीज़ा आया इन 5.5 बैंड स्कोर ते मैं प्लस टू की 2017 च यूपी बोर्ड तो इन मैडिकल स्ट्रीम दे विच। मैनू लग नहीं रहा सी कि मेरा वीज़ा आएगा बट जतेंद्र सर और उन्होंने स्टाफ ने काफ़ी अच्छा मैनू गाइड किया और बहुत अच्छी नॉलेज दी और मैं डिप्लोमा दे विच एडमिशन मिलिया होया है। जो लोग कहें कि डिप्लोमा विच एडमिशन नहीं मिलता, मैं उन्होंने सारे दसना चाहती हाँ कि मेरा एडमिशन मैं मिल चुका है। तुसी आ देख सकते हो कि मेरा वीज़ा आ चुका है। अज मैं बहुत खुश हाँ। मैं थैंक्स करना चाहती हाँ जतेंद्र सर और उन्होंने स्टाफ न जिन्हों की वजह तो मैं अज मेरा वीज़ा आया होया है। मैं बहुत खुश हाँ कि मेरा बहुत वीज़ा है। मैं लग नहीं रहा कि मेरा इन्ने घट स्कोर के वीज़ा आ सकता है।